ਸਤਨ ਓਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸੱਚ ਜੁਗਾਦ ਸੱਚ ਹੈ ਵੀ ਸਤ ਨਾਨਕ ਹੋਸੀ ਭੀ ਸੱਚ ਤਨ ਸੋ ਵਿਲਾਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤ ਗੁਰ ਚਰਣਾ ਤਨ ਸੋ ਵਿਲਾ ਕੜੀ ਤਨ ਤਨ ਮੂਰਤ ਪਲ ਛਾਰ ਤਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਆਹ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਆਮਣਾ ਸਖਤ ਕਰਸ ਹਉ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਠੀਕਰ ਫੋਰ ਦਲੀਸ ਸਦ ਪ੍ਰਪਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕ ਨਹੂ ਆਨ ਗੁਰੂ ਨਾਨਕ ਤੇ ਆਦਲ 10ਵੇਂ ਗੁਰ ਪਰਯੰਤ ਬਾਰੰਬਾਰਮੰ ਬੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਮੈਂ ਨਾਹੀ ਕਛ ਹਉ ਨਹੀਂ ਕਛ ਆਹੇ ਨਮੋਰਾ ਔਸਰ ਲੱਜਾ ਰਾਖ ਲਿਹੋ ਸਾਧੁਨਾ ਜਨ ਤੋਰਾ ਸੋ ਕਹੋ ਟਾਲੂ ਗੁਰ ਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਜੁਗੋ ਜੋਗਾ ਟਲ ਚਬਰ ਛਤਰ ਤਖਤ ਦੇ ਮਾਲਕ ਗੁਰਦਾ ਗਦੀ ਉਪਰ ਸੁਭਾਏ ਮਾਨ ਦਸ ਪਾਤਸ਼ਾਹਾਂ ਦੀ ਆਤਮਕ ਜੋਤ ਸਰਕਾਰੇ ਕੁਲ ਆਲਮ ਹਜੂਰੇ ਅਨਵਰ ਪਾਤਸ਼ਾਹ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਸਰਬ ਮਾਨਵਤਾ ਦੇ ਮਾਰਗਦਰਸ਼ਕ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਸੀਸਗੰਧ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਅਤੇ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਨਾਲ ਜੁੜ ਬੈਠੇ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰਾਂ ਨੇ અપਾਰ ਬਖਸ਼ ਸ਼ਰਮਤ ਕੀਤੀ ਹੈ ਸਭਾਗਾ ਸਮਾ ਸਤਿਗੁਰਾਂ ਦੇ ਪਾਵਨ ਦਰਬਾਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਕਥਾ ਕੀਰਤਨ ਦੇ ਨਾਲ ਜੁੜਨ ਦਾ ਸਾਨੂੰ ਪ੍ਰਾਪਤ ਹੋ ਰਿਹਾ ਹੈ ਸਤਿਗੁਰਾਂ ਨੇ ਆਪਣੇ ਸੁੰਦਰ ਦਰਬਾਰ ਵਿੱਚ ਪ੍ਰਕਾਸ਼ਮਾਨ ਹੋ ਕੇ ਅਮਰਤ ਵੇਲੇ ਤੋਂ دیدار ਦਰਸ਼ਨ ਦਿਦਾਰ ਬਖਸ਼ੇ ਹੈ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ ਸ਼ਬਦ ਜਾਪ ਵਾਹਿਗੁਰੂ ਮੰਤਰ ਆਸਾ ਕੀ ਵਾਰ ਦੇ ਰਸ ਭਨੇ ਕੀਰਤਨ ਆਪ ਜੀ ਨੇ ਗੁਰਮੁਖ ਪਿਆਰੇ ਰਾਗੀ ਸਿੰਘ ਸਹਿਬਾਨਾਂ ਦੀ ਰਸਨਾ ਤੋਂ ਸਰਵਣ ਕੀਤੇ ਹੈ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰਨ ਨਾਲ ਜੁੜਨ ਦਾ ਸਾਨੂੰ ਸੁਨਹਿਰੀ ਸਮਾਪਤ ਹੋ ਰਿਹਾ ਹੈ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਸਤਕਾਰਯੋਗ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਨੇ ਜਿਸ ਸ਼ਬਦ ਦਾ ਜਾਪ ਸਰਵਣ ਕੀਤਾ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਸਤਿਗੁਰਾਂ ਦੀ ਇਸ ਪਾਵਨ ਬਾਣੀ ਦੀ ਸ਼ਬਦ ਵਿਚਾਰ ਦੇ ਨਾਲ ਆਪਾਂ ਸਾਰਿਆਂ ਨੇ ਜੁੜਨਾ ਹੈ ਗੁਰੂ ਪਿਆਰਿਓ ਭਾਗਾਂ ਵਾਲਿਓ ਗੁਰੂ ਦੇ ਚਰਨਾਂ 'ਚ ਜੁੜ ਬੈਠਿਓ ਗੁਰ ਕੀ ਬਾਣੀ ਦੇ ਨਾਲ ਜੁੜ ਬੈਠੇ ਹੋ ਸਿੱਖ ਭਾਵੇਂ ਕਿਤੇ ਵੀ ਹੋਵੇ ਜਦੋਂ ਧਿਆਨ ਸਤਿਗੁਰ ਦੇ ਚਰਨਾਂ ਵਿੱਚ ਜੁੜਿਆ ਹੁੰਦਾ ਹੈ ਤੇ ਉਹਦੀ ਹਾਜ਼ਰੀ ਸਤਿਗੁਰ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਭਾਵੇਂ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਉਹ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਬੈਠਾ ਜੇ ਉਹਦਾ ਧਿਆਨ ਸਤਿਗੁਰ ਦੇ ਚਰਨਾਂ ਨਾਲ ਜੁੜਿਆ ਤੇ ਉਹਦੀ ਸਤਗੁਰ ਦੇ ਚਰਨਾਂ 'ਚ ਹਾਜ਼ਰੀ ਪ੍ਰਵਾਨ ਜੇਕਰ ਸਰੀਰ ਕਰਕੇ ਹਾਜ਼ਰ ਹੈ ਮਨ ਕਰਕੇ ਹਾਜ਼ਰ ਨਹੀਂ ਮਨ ਕਿਤੇ ਹੋਰ ਹੈ ਧਿਆਨ ਕਿਤੇ ਹੋਰ ਹੈ ਤੇ ਖੁਦ ਭਾਵੇਂ ਗੁਰੂ ਦੇ ਦਰਬਾਰ ਵਿੱਚ ਬੈਠਾ ਹੋਵੇ ਉਹ ਹਾਜ਼ਰੀ ਪ੍ਰਵਾਨ ਨਹੀਂ ਕਿਉਂਕਿ ਉਹਦਾ ਮਨ ਹਾਜ਼ਰ ਨਹੀਂ ਉਹਦਾ ਧਿਆਨ ਗੁਰੂ ਦੇ ਚਰਨਾਂ 'ਚ ਹਾਜ਼ਰ ਨਹੀਂ ਅਸੀਂ ਮਨ ਕਰਕੇ ਧਿਆਨ ਕਰਕੇ ਸਤਿਗੁਰ ਦੀ ਬਾਣੀ ਸਤਿਗੁਰ ਦੇ ਨਾਮ ਨਾਲ ਜੁੜਨਾ ਹੈ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜਿਸ ਨੂੰ ਜਪਣ ਵਾਸਤੇ ਸੰਸਾਰ ਤੇ ਆਏ ਆਂ ਜਿਸ ਵਾਹਿਗੁਰੂ ਅੱਲਾ ਰਾਮ ਖੁਦਾ ਕੋਈ ਕਹਿ ਲਓ ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾਪੂਰਬਲਾ ਆਪੋ ਆਪਣੇ ਧਰਮ ਅਨਸਾਰ ਕੋਈ ਕਿਸੇ ਧਰਮ ਚੋਂ ਕੋਈ ਕਿਸੇ ਧਰਮ ਚੋਂ ਆਪੋ ਆਪਣੇ ਫੇਥ ਨੂੰ ਫਾਲੋ ਕਰਦੇ ਪਰ ਜੁੜਨਾ ਉਸ ਪਰਮਾਤਮਾ ਦੇ ਨਾਮ ਨਾਲ ਨਾ ਸਾਰੇ ਹੀ ਉਸੇ ਦੇ ਆ ਪਰਮਾਤਮਾ ਦੇ ਨਾਮ ਹੈ ਕੋਈ ਕਿਸੇ ਨਾਮ ਨਾਲ ਚੇਤੇ ਕਰ ਲਵੇ ਜਿਵੇਂ ਇੱਕ ਵਸਤੂ ਨੂੰ ਆਪਾਂ ਵੱਖ-ਵੱਖ ਨਾਮਾਂ ਨਾਲ ਸੰਬੋਧਨ ਕਰ ਸਕਦੇ ਹ ਵੱਖ-ਵੱਖ ਭਾਸ਼ਾ ਦੇ ਵਿੱਚ ਵੱਖ-ਵੱਖ ਲੈਂਗੁਏਜ ਦੇ ਅੰਦਰ ਅਸੀਂ ਇੱਕ ਵਸਤੂ ਨੂੰ ਜੇ ਅਸੀਂ ਹਦਵਾਣਾ ਦੇਖ ਲਈਏ ਉਹਨੂੰ ਹਦਵਾਣਾ ਵੀ ਕਿਹਾ ਜਾਂਦਾ ਹੈ ਤਰਬੂਜ ਕਿਹਾ ਜਾਂਦਾ ਹੈ ਮਤੀਰਾ ਕਿਹਾ ਜਾਂਦਾ ਹੈ ਵਾਟਰਮਿਲਨ ਕਿਹਾ ਜਾਂਦਾ ਹੈ ਵੱਖ-ਵੱਖ ਭਾਸ਼ਾ ਦੇ ਵਿੱਚ ਵੱਖ-ਵੱਖ ਬੋਲੀਆਂ ਦੇ ਅੰਦਰ ਪਰ ਵਸਤੂ ਇੱਕੋ ਹੀ ਹੈ ਪਰਮਾਤਮਾ ਉਹ ਵਾਹਿਗੁਰੂ ਇੱਕੋ ਹੀ ਹੈ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਰੰਭਤਾ ਤੇ ਸ਼ਬਦ ਜੋ ਅੰਕਦ ਕੀਤਾ ਇੱਕ ਓੰਕਾਰ ਇਕ ਸਭ ਤੋਂ ਪਹਿਲਾਂ ਏਕਾ ਲਾਇਆ ਕਿ ਪਰਮਾਤਮਾ ਏਕ ਹੈ ਤੇ ਇੱਕ ਦੇ ਨਾਲ ਹੀ ਜੋੜਿਆ ਸਤਿਗੁਰਾਂ ਨੇ ਦੂਈ ਦਵੇਦ ਤੋਂ ਤੇ ਰਹਿਤ ਕੀਤਾ ਦੂਜਾ ਕਾਹੇ ਸਿਮਰੀਐ ਜੋ ਜੰਮੈ ਤੈ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਿਆ ਸਮਾਏ ਜਿਹੜਾ ਜਲ ਵਿੱਚ ਵੀ ਥਲ ਵਿੱਚ ਵੀ ਹਰ ਜਗ੍ਹਾ ਤੇ ਹਾਜ਼ਰ ਹੈ ਉਸ ਵਾਹਿਗੁਰੂ ਦਾ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਧਿਆਨ ਕਰਨਾ ਉਹਦੇ ਨਾਲ ਜੁੜਨਾ ਆਪਣੇ ਕੰਮਕਾਰ ਕਰਦਿਆਂ ਕੋਈ ਹੱਟ ਚਲਾਉਂਦਾ ਕੋਈ ਬਿਜ਼ਨਸ ਵਪਾਰ ਸੌਦਾਗਰੀ ਕਰਦਾ ਕੋਈ ਖੇਤੀਬਾੜੀ ਕਰਦਾ ਕੋਈ ਨੌਕਰੀ ਚੱਕਰੀ ਕਰਦਾ ਇਹ ਕੰਮਕਾਰ ਕਰਦਿਆਂ ਜੁੜੇ ਉਸ ਪਰਮਾਤਮਾ ਨਾਲ ਰਹਿਣਾ ਰਹਿਣਾ ਜਗ ਵਿੱਚ ਜੁੜੇ ਰੱਬ ਨਾਲ ਰਹਿਣਾ ਰਹਿਣਾ ਸੰਸਾਰ ਵਿੱਚ ਜੁੜੇ ਨਿਰੰਕਾਰ ਨਾਲ ਰਹਿਣਾ ਭਗਤਾਂ ਦੀ ਬਾਣੀ ਪੜ੍ਹਦੇ ਆ ਨਾਮਾ ਕਹੈ ਤਲੋਚਨਾ ਮੁਖ ਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਣ ਨਾਲ ਹੱਥਾਂ ਪੈਰਾਂ ਨਾਲ ਕੰਮ ਕਰਨਾ ਪਰਚਿਤ ਵਿੱਚ ਉਸ ਪਰਮਾਤਮਾ ਦਾ ਨਾਮ ਧਿਆਨ ਉਸ ਵਹਿਗੁਰੂ ਦੇ ਨਾਲ ਮਨ ਉਸ ਪਰਮਾਤਮਾ ਦੇ ਨਾਲ ਜੋੜਨਾ ਬਹੁਤ ਔਖੀ ਬਾਤ ਪਹਿਲਾਂ ਮਨ ਨੂੰ ਸਮਝਣਾ ਮਨ ਕੀ ਹੈ ਮਨ ਵਖ ਵਖ ਰੂਪਾਂ ਚ ਬਾਣੀ ਚ ਦਰਜ ਕੀਤਾ ਕਿਤੇ ਆਖਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਤੇ ਵਜਨ ਕੀਤੇ ਆ ਕਿ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਾਸ ਤੂੰ ਮਹਾ ਉਦਮਾਦਾ ਖਰ ਕਾ ਪੈਖੜ ਤੋ ਛੁੱਟੈ ਜੋ ਉਪਰ ਲਾਦਾ ਕਿਤੇ ਵਜਨ ਸਤਿਗੁਰਾਂ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੇ ਆ ਮਨ ਦੇ ਪਰਥਾਏ ਸੰਕਾਦਕ ਨਾਰਦ ਮੁਨ ਸੇਖਾ ਤਿੰਨ ਪੀ ਮਨ ਤਨ ਮੈਂ ਮਨ ਨਹੀਂ ਪੇਖਾ ਵਜਣ ਦੇਖੋ ਸੰਕਾਦਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਸਨਾਤਨ ਮਤ ਅਨੁਸਾਰ ਜੋ ਵਰਮਾ ਦੇ ਚਾਰ ਪੁੱਤਰ ਮੰਨੇ ਭਗਤੀ ਵਿੱਚ ਲੀਨ ਨੇ ਬੱਚਿਆਂ ਵਰਗੇ ਸਰੀਰ ਰਹਿੰਦੇ ਆ ਵਰ ਲਿਆ ਭਗਵਾਨ ਤੋਂ ਧਰਮ ਗ੍ਰੰਥਾਂ 'ਚ ਪੜਦੇ ਆ ਤੇ ਉਹਨਾਂ ਵੱਲ ਇਸ਼ਾਰਾ ਕਰ ਉਹਨਾਂ ਦੇ ਪਰਮਾਨ ਦੇ ਕੇ ਆਖਿਆ ਸੰਕਾਦਕ ਨਾਰਦ ਮੁੰ ਸੇਖਾ ਤਿੰਨ ਪੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਮਨ ਦੇ ਬਾਰੇ ਜੇ ਵਿਚਾਰ ਕਰ ਜੇ ਤੇ ਬੜਾ ਲੰਮਾ ਸਮਾਂ ਗੁਰਮੁਖ ਪਿਆਰਿਓ ਮਨ ਦੇ ਉੱਪਰ ਥਾਏ ਪਰ ਮੈਂ ਬੇਨਤੀ ਕਰ ਰਿਹਾ ਸੀ ਮਨ ਕਰਕੇ ਸਤਿਗੁਰ ਦੀ ਬਾਣੀ ਨਾਲ ਜੁੜਨਾ ਧਿਆਨ ਕਰਕੇ ਜੁੜਨਾ ਤੇ ਜੁੜਨਾ ਉਸ ਪ੍ਰਮਾਤਮਾ ਦੇ ਨਾਮ ਨਾਲ ਹੀ ਹੈ ਕੋਈ RAM ਕਹਿ ਕੇ ਜੁੜਦਾ ਅਸੀਂ ਵਾਹਿਗੁਰੂ ਕਹਿੰਨੇ ਆਪੋ ਆਪਣੇ ਧਰਮ ਮਤ ਅਨੁਸਾਰ ਜੁੜਨਾ ਉਸ ਪ੍ਰਮਾਤਮਾ ਦੇ ਨਾਮ ਨਾਲ ਹੈ ਇਹ ਸਾਰਾ ਜਿੰਨਾ ਕਾਰਜ ਗੁਰਮੁਖ ਪਿਆਰਿਓ ਗੁਰੂ ਪੀਰ ਰਹਿਬਰ ਔਲੀਏ ਅਵਤਾਰ ਸਾਧੂ ਸੰਤ ਮਹਾਤਮਾ ਪ੍ਰਚਾਰਕ ਗੁਰੂ ਦੇ ਦਰਬਾਰਾਂ ਚ ਸਵੇਰ ਤੋਂ ਸ਼ਾਮ ਤੱਕ ਇਹ ਕੋਈ ਵਿਚਾਰ ਹੈ ਕੋਈ ਨਾਮ ਨਾਲ ਜੁੜਨਾ ਹੈ ਕਥਾ ਕੀਰਤਨ ਉਹ ਪਰਮਾਤਮਾ ਦੀ ਬੰਦਗੀ ਉਸ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ ਜਿਸ ਨਾਮ ਦੇ ਆਸਰੇ ਸਾਰਾ ਕੁਝ ਹੈ ਉਹ ਨਾਮ ਦੇ ਆਧਾਰ ਨਾਮ ਦੇ ਆਸਰੇ ਤੇ ਹੈ ਜੇਕਰ ਉਸ ਨਾਮ ਦਾ ਆਧਾਰ ਨਹੀਂ ਤੇ ਕੁਝ ਵੀ ਨਹੀਂ ਸਤਿਗੁਰਾਂ ਆਖਿਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਦੇ ਧਾਰੇ ਭਾਵ ਨਾਮ ਦੇ ਆਸਰੇ ਆ ਨਾਮ ਦੇ ਟਿਕਾਏ ਹੋਏ ਆ ਜੇ ਨਾਮ ਦਾ ਆਸਰਾ ਨਹੀਂ ਤੇ ਕੁਝ ਵੀ ਨਹੀਂ ਹੈ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਨਾਮ ਦੇ ਧਾਰੇ ਸਾਰੇ ਜੰਤਿਆ ਜੀਵ ਜੰਤੂ 84 ਲੱਖ ਜੁਨ ਨਾਮ ਦੇ ਆਸਰੇ ਹੀ ਖੰਡ ਬ੍ਰਹਮੰਡ ਆ ਸਾਰੇ ਸੰਸਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਆਸ ਨਹੀਂ ਤੇ ਨਾਮ ਦੇ ਨਾਲ ਹੀ ਜੋੜਿਆ ਕਲਯੁਗ ਦੇ ਅੰਦਰ ਤਾਂ ਹੈ ਹੀ ਪਰਮਾਤਮਾ ਦਾ ਨਾਮ ਗੁਰੂ ਨਾਨਕ ਦੇ ਘਰ ਵਿੱਚ ਵੀ ਪਰਮਾਤਮਾ ਦਾ ਨਾਮ ਨਾਨਕ ਕਹਿ ਘਰ ਕੇਵਲ ਨਾਮ ਗੁਰੂ ਨਾਨਕ ਦੇ ਘਰ ਵਿੱਚ ਤੇ ਕੇਵਲ ਨਾਮ ਦੀ ਗੱਲ ਹੈ ਤੇ ਕਲਯੁਗ ਦੇ ਅੰਦਰ ਵੀ ਸਤਿਗੁਰ ਦੀ ਬਾਣੀ ਪੜੋ ਤੇ ਬਚਣ ਸਤਜੁਗ ਸਤ ਤ੍ਰੇਤਾ ਜਗੀ ਦਵਾਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਧੜੇ ਕਲ ਕੇਵਲ ਨਾਮ ਆਧਾਰ ਸਤਜੁਗ ਸਤ ਤੇਤਾ ਜੱਗਿ ਸਤਜੁਗ ਚ ਸਤ ਦਾ ਬਚਨ ਤ੍ਰੇਤੇ ਵਿੱਚ ਜਗ ਕਰਨੇ ਹੋਮ ਜਗ ਕਰਨੇ ਦੁਆਪਰ ਚ ਪੂਜਾ ਅਰਚਾ ਤੀਨੋ ਯੁਗ ਤੀਨੋ ਦੜੇ ਤਿੰਨਾ ਜੋਗਾ ਵਿੱਚ ਤਿੰਨਾ ਦੀ ਦ੍ਰਿੜਤਾ ਪਰ ਖਿਆਲ ਕਰਨ ਸਤਿਗੁਰ ਕਹਿੰਦੇ ਕਲ ਕੇਵਲ ਨਾਮ ਆਧਾਰ ਕਲਯੁਗ ਦੇ ਅੰਦਰ ਤਾਂ ਕੇਵਲ ਪ੍ਰਮਾਤਮਾ ਦਾ ਨਾਮ ਅਬ ਕਲੂ ਆਇਓ ਰੇਕ ਨਾਮ ਬੋਬਹ ਬੋਬਹ ਅਨਰੁਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਆਖਿਆ ਕਲਯੁਗ ਹੈ ਪ੍ਰਮਾਤਮਾ ਦਾ ਨਾਮ ਬੀਜਣ ਦਾ ਸਮਾਂ ਰੋਤੇ ਆ ਹੁਣ ਕ੍ਰੋਤਾ ਬੀਜੁਗ ਦਾ ਨਹੀਂ ਜਿਹੜੇ ਅਸੀਂ ਖੇਤੀ ਬਾੜੀ ਨਾਲ ਜੁੜੇ ਆ ਜਿਨ੍ਹਾਂ ਨੇ ਖੇਤਾਂ 'ਚ ਕੰਮ ਕੀਤਾ ਉਹਨਾਂ ਨੂੰ ਪਤਾ ਹੈ ਕਿ ਜਿਸ ਫਸਲ ਦੀ ਗੁਰਮੁਖ ਪਿਆਰ ਰੁੱਤ ਹੋਵੇ ਉਹੀ ਫਸਲ ਉਗਦੀ ਆ ਤੇ ਉਹੀ ਬੀਜ ਉਗਦਾ ਜਿਹੜਾ ਰੁੱਤ ਦੇ ਵਿੱਚ ਜ਼ਮੀਨ ਵਧਤਰ ਹੋਵੇ ਤੇ ਰੁੱਤ ਦਾ ਬੀਜ ਪਾਇਆ ਜਾਵੇ ਤੇ ਫਿਰ ਉਹ ਵੱਧਦਾ ਫਲਦਾ ਤੇ ਫੁੱਲਦਾ ਫਿਰ ਉਹਨੂੰ ਫੁੱਲ ਲੱਗਦੇ ਆ ਫਲ ਲੱਗਦੇ ਆ ਤੇ ਜੇਕਰ ਰੋਤੀ ਨਹੀਂ ਹੈ ਕੋਤਾ ਬੀਜ ਉਗਦਾ ਨਹੀਂ ਫਲ ਨਹੀਂ ਦਿੰਦਾ ਤੇ ਸਤਿਗੁਰੂ ਕਹਿੰਦੇ ਕਲਯੁਗ ਦਾ ਸਮੈ ਨਾਮ ਬੀਜਣ ਦੀ ਰੋਤੇ ਅਬ ਕਲੂ ਆਇਓ ਰੇ ਇੱਕ ਨਾਮ ਬੋਬੋ ਬੋਬ ਅਨਰੁਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਉਸ ਪਰਮਾਤਮਾ ਦਾ ਨਾਮ ਉਹ ਵੈਗੁਰੂ ਦਾ ਨਾਮ ਜਪਣਾ ਨਾਮ ਦੇ ਨਾਲ ਹੀ ਸਾਰਾ ਕੁਝ ਨਾਮ ਕਲਯੁਗ ਦੇ ਅੰਦਰ ਕਲ ਕੇਵਲ ਨਾਮ ਆਧਾਰ ਤੇ ਨਾਮ ਹੀ ਸੁਖਦਾਈ ਹੈ ਪਰਮਾਤਮਾ ਦਾ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜ਼ਾਮਲ ਉਦਰਿਓ ਗਣਕਾ ਹੂੰ ਗਤ ਪਾਈ ਇਹ ਕਥਾ ਕਹਾਣੀਆਂ ਇਹ ਕਥਾ ਵਿਆਖਿਆ ਸਤਿਗੁਰਾਂ ਦੀ ਸਾਰੀ ਗੁਰਬਾਣੀ ਸਾਨੂੰ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਪ੍ਰੇਰਦੀ ਹੈ ਕਿ ਉਹਦਾ ਨਾਮ ਜਪਣਾ ਉਹਨੂੰ ਯਾਦ ਕਰ ਜਿਸ ਨੂੰ ਯਾਦ ਕਰਕੇ ਅਜ਼ਾਮਲ ਦਾ ਉਧਾਰ ਹੋ ਗਿਆ ਜਿਸ ਦਾ ਨਾਮ ਜਪ ਕੇ ਗਣਕਾ ਦਾ ਉਧਾਰ ਹੋ ਗਿਆ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਅਚਾਨਕ ਚੱਕ ਗਣਕਾ ਵਾੜੇ ਆਏ ਖਲੋਤਾ ਤੇ ਦੇਖੋ ਗੁਰਮੁਖ ਪਿਆਰਿਓ ਅਸੀਂ ਤੇ ਚੰਗੇ ਬੰਦੇ ਦੇ ਨਾਲ ਸੰਬੰਧ ਰੱਖਦੇ ਆਂ ਚੰਗੇ ਬੰਦੇ ਦੇ ਨਾਲ ਚੰਗੀ ਮਤ ਵਾਲੇ ਨਾਲ ਉੱਠਣਾ ਬੈਠਣਾ ਖਲੋਣਾ ਜ਼ਰੂਰੀ ਸਮਝਦੇ ਪਰ ਮਹਾਂਪੁਰਖ ਉਹ ਤੇ ਦੁਰਮਤ ਦੇਖ ਦਇਆਲ ਹੋਏ ਭਾਈ ਗੁਰਦਾਸ ਜੀ ਕਹਿੰਦੇ ਖੂਟੀ ਮਤ ਵੇਖ ਕੇ ਦਇਆਲ ਹੋ ਗਏ ਦੇ ਹਲਤਾ ਚ ਆ ਗਏ ਦੁਰਮਤ ਦੇਖ ਦਇਆਲ ਹੋਏ ਹੱਥੋਂ ਤਿਸਨੂੰ ਦਿੱਤੋ ਸਤੋਤਾ ਰਾਮ ਰਾਮ ਦਾ ਜਾਪ ਦੇ ਦਿੱਤਾ ਗੁਰਮੁਖ ਪਿਆਰਿਓ ਤੇ ਪ੍ਰਾਪਤੀ ਕੀ ਹੋਈ ਗਈ ਬੈਕੁੰਠ ਬੈਬਾਨ ਚੜ ਭਾਈ ਗੁਰਦਾਸ ਜੀ ਕਹਿੰਦੇ ਗਈ ਬੈਕੁੰਠ ਬੈਬਾਨ ਚੜ ਨਰਕਾਂ ਵਿੱਚ ਨਾ ਖਾਧੋ ਸਗੋਤਾ ਨਰਕਾਂ ਤੋਂ ਰਹਿਤ 84 ਤੋਂ ਰਹਿਤ ਉਸ ਪ੍ਰਮਾਤਮਾ ਦੇ ਨਾਮ ਨੇ ਉਭੈ ਗੁਰੂ ਦਾ ਨਾਮ ਤੇ ਸਾਨੂੰ ਜਪਣ ਵਾਸਤੇ ਹੀ ਪ੍ਰੇਰਿਆ ਜਿੰਨੀਆਂ ਕਥਾ ਕਹਾਣੀਆਂ ਜਿੰਨੀ ਕਥਾ ਵਿਆਖਿਆ ਜਿੰਨੇ ਸਾਧੂ ਸਤਪੁਰਸ਼ ਜਿੰਨੇ ਪੀਰ ਪਗੰਬਰ ਔਲੀਏ ਅਵਤਾਰ ਸਾਨੂੰ ਨਾਮ ਜਪਣ ਲਈ ਪ੍ਰੇਰਦੇ ਤੇ ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਹਰ ਵੇਲੇ ਸਹਾਇਤਾ ਕਰਦਾ ਤੇ ਜਿਹੜਾ ਸਾਡੇ ਲਈ ਸੁਖਦਾਈ ਹੈ ਹਰ ਕੋ ਨਾਮ ਸਦਾ ਸੁਖਦਾਈ ਕੀ ਵਚਨ ਸਾਰੇ ਰਸਨਾ ਸਫਲੀ ਕਰਿਓ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ 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 ਨਾਮ ਸਦਾ ਆਰਕੂ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰਿਓ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਜਿਹਨੂੰ ਜਗ ਜਾਣਦਾ ਸੀ ਇਹਨੇ ਪਾਪ ਕਰਮ ਕਰਨ ਵਾਲਾ ਪਰ ਜਦੋਂ ਨਾਰਾਇਣ ਦਾ ਜਾਪ ਪਰਮਾਤਮਾ ਦਾ ਜਾਪ ਤਾਂ ਇੱਕ ਨਿਮਖ ਮਾਤਰ ਵਿੱਚ ਉਸਦੇ ਪਾਪ ਕੱਟ ਕੇ ਤੇ ਨਿਸਤਾਰਾ ਕਰ ਦਿੱਤਾ ਗੱਜ ਕੇ ਆਖੋ ਸਤਨਾਮ ਕਿਉਂਕਿ ਬਾਣੀ ਦਾ ਬਚਨ ਗੁਰ ਕਾ ਸ਼ਬਦ ਕਟੈ ਕੋਟ ਕਰਮ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਗੁਰੂ ਦਾ ਨਾਮ ਹੈ ਸਾਡੇ ਕਰੋੜਾਂ ਮਾੜੇ ਕਰਮ ਕੱਟਣ ਦੀ ਸਮਰੱਥਾ ਰੱਖਦਾ ਜਿਵੇਂ ਲੱਖਾਂ ਮਣ ਲੱਕੜਾਂ ਕਰੋੜਾਂ ਮਣ ਲੱਕੜਾਂ ਨੂੰ ਇੱਕ ਗੁਰਮੁਖ ਪਿਆਰਿਓ ਅੱਗ ਦੀ ਚਿੰਗਾੜੀ ਜਿਹੜੀ ਆ ਨਾ ਸਾੜ ਕੇ ਸੁਆ ਕਰਨ ਦੀ ਸਮਰੱਥਾ ਭਸਮ ਕਰਨ ਦੀ ਸਮਰੱਥਾ ਰੱਖਦੀ ਹੈ ਲੱਖਾਂ ਤੇ ਕਰੋੜਾਂ ਮਣ ਲੱਕੜਾਂ ਹੋਣ ਉਹਨਾਂ ਨੂੰ ਸਾੜਨ ਵਾਸਤੇ ਲੱਖਾਂ ਤੇ ਕਰੋੜਾਂ ਮਣ ਅੱਗ ਦੀ ਲੋੜ ਨਹੀਂ ਹੈ ਅੱਗ ਦੀ ਤੇ ਇੱਕ ਚਿੰਗਾੜੀ ਸਤਿਗੁਰਾਂ ਦੀ ਬਾਣੀ ਦੇ ਵਚਨ ਨੇ ਲਖ ਮੜਿਆਂ ਕਰੇ ਇਕੱਠੇ ਇੱਕ ਰਤੀਲੇ ਪਾਹੇ ਇੱਕ ਰਤੀ ਮਾਤਰ ਚਿੰਗਾੜੀ ਅੱਗ ਦੀ ਤੇ ਖਤਮ ਕਰ ਦਿੰਦੀ ਹੈ ਲੱਖਾਂ ਤੇ ਕਰੋੜਾਂ ਮਣ ਲੱਕੜਾਂ ਨੂੰ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਲੱਖਾਂ ਤੇ ਕਰੋੜਾਂ ਮਾੜੇ ਕਰਮਾਂ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ ਗੁਰ ਕਾ ਸ਼ਬਦ ਕਟੈ ਕੋਟ ਕਰਮ ਕਰੋੜਾਂ ਮਾੜੇ ਕਰਮ ਕੱਟਣ ਦੀ ਸਮਰੱਥਾ ਤੇ ਪਰ ਜੇ ਨਾਮ ਨਾਲ ਪ੍ਰੀਤੀ ਨਹੀਂ ਜੇ ਨਾਮ ਨਾਲ ਪਿਆਰ ਨਹੀਂ ਹੈ ਤੇ ਭਾਵੇਂ ਜਿੰਨੇ ਮਰਜੀ ਕਰਮ ਧਰਮ ਕਰਦਾ ਫਿਰੇ ਸਤਿਗੁਰ ਕਹਿੰਦੇ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰ ਤੂੰ ਨਰਕ ਜਾਵੇ ਫੈਸਲਾ ਗੁਰਬਾਣੀ ਦਾ ਸਤਿਗੁਰ ਕਹਿੰਦੇ ਜੇ ਨਾਮ ਨਾਲ ਪ੍ਰੀਤੀ ਨਹੀਂ ਹਜ਼ੂਰ ਫਰਮਾਨ ਕਰਦੇ ਜੇ ਪ੍ਰਮਾਤਮਾ ਦੀ ਬੰਦਗੀ ਨਾਲ ਨਾਮ ਨਾਲ ਪਿਆਰ ਨਹੀਂ ਤਾਂ ਭਾਵੇਂ ਕਰੋੜਾਂ ਕਰਮ ਧਰਮ ਕਰਦਾ ਫਿਰ ਇਹ ਨਰਕਾਂ ਤੋਂ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਬਚਾ ਨਹੀਂ ਸਕਦਾ ਕੋਟ ਕਰਮ ਕਰ ਤੋਂ ਨਰਕ ਜਾਵੇ ਕਰੋੜਾਂ ਕਰਮ ਕਰਦਾ ਹੋਇਆ ਵੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਸ੍ਰੀ ਸੁਖਮਣੀ ਸਾਹਿਬ ਤੇ ਜਾਪ ਕਰ ਬਖਸ਼ਿਸ਼ ਕਰਦੇ ਆ ਉਚਾਰਨ ਕਰਦੇ ਆ ਕਿ ਜਿੰਨੇ ਮਰਜੀ ਪੁਨਹ ਆਚਰਨ ਹੋਰ ਜਿੰਨੇ ਮਰਜੀ ਉਚਾਰ ਵਿਵਹਾਰ ਕਰ ਲਵੇ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰ ਇੱਕ ਵਾਹਿਗੁਰੂ ਦਾ ਨਾਮ ਹੀ ਉਸ ਪਰਮਾਤਮਾ ਦਾ ਨਾਮ ਹੀ ਹੈ ਕਿ ਜਿਹੜਾ ਕਰੋੜਾਂ ਮਾੜੇ ਕਰਮਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ ਸੋ ਗੁਰਮੁਖ ਪਿਆਰਿਓ ਇਹ ਕਥਾ ਕੀਰਤਨ ਇਹ ਕਥਾ ਵਿਚਾਰਾਂ ਇਹ ਵਿਆਖਿਆ ਗੁਰਾਂ ਦੇ ਦਰਬਾਰ ਚ ਸਵੇਰ ਤੋਂ ਸ਼ਾਮ ਤੱਕ ਤੇ ਸ਼ਾਮ ਤੋਂ ਸਵੇਰ ਤੱਕ ਤੇ ਸਾਧੂ ਸਤਪੁਰਖ ਰੱਬ ਦੇ ਪਿਆਰੇ ਸਾਨੂੰ ਨਾਮ ਜਪਣ ਦੀ ਉਪਰੇਰਨਾ ਦਿੰਦੇ ਕਿ ਨਾਮ ਨਾਲ ਜੁੜ ਗੁਰੂ ਨਾਲ ਪਿਆਰ ਕਰ ਵਾਹਿਗੁਰੂ ਨਾਲ ਪਿਆਰ ਕਰ ਉਹਦੀ ਬੰਦਗੀ ਕਰ ਹਾਂ ਸੰਸਾਰ ਵਿੱਚ ਰਹਿਣਾ ਜਗ ਵਿੱਚ ਰਹਿਣਾ ਧਰਮ ਦੀ ਕਿਰਤ ਕਰ ਨਾਮ ਜਪ ਵੰਡ ਛਕ ਕਿਉਂਕਿ ਔਰਤ ਹੀ ਈਮਾਨ ਹੈ ਪੁੱਤਰ ਨਿਸ਼ਾਨ ਹੈ ਦੌਲਤ ਗੁਜ਼ਰਾਨ ਹੈ ਤੈਨੂੰ ਸੰਸਾਰ ਵਿੱਚ ਰਹਿਣ ਵਾਸਤੇ ਕਿਰਤ ਦੀ ਵੀ ਲੋੜ ਆ ਦੌਲਤ ਦੀ ਵੀ ਲੋੜ ਆ ਪਰ ਖਿਆਲ ਕਰ ਸਾਰਾ ਸਮਾਂ ਇਸ ਪਾਸੇ ਹੀ ਨਾ ਲਗਾ ਦੇ ਸਾਰਾ ਸਮਾਂ ਇਸ ਪਾਸੇ ਹੀ ਬਰਬਾਦ ਨਾ ਕਰ ਦੇ ਮਨੁੱਖਾ ਜਨਮ ਬੜਾ ਦੁਰਲੱਭ ਹੈ ਇਸ ਦਾ ਲਾਹਾ ਲੈ ਵਾਹਿਗੁਰੂ ਦੀ ਬੰਦਗੀ ਨਾਲ ਭਗਤੀ ਨਾਲ ਜੋੜ ਗੁਰੂ ਨਾਲ ਪਿਆਰ ਪ੍ਰਮਾਤਮਾ ਨਾਲ ਪਿਆਰ ਉਸ ਪਰਮਾਤਮਾ ਦੇ ਨਾਲ ਜੀਵ ਆਤਮਾ ਦਾ ਪਿਆਰ ਫਿਰ ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ ਕਹੋ ਕਬੀਰ ਹਰਾਮ ਕੀ ਅੰਸ ਜਿਹਦੀ ਅੰਸਿਆ ਉਸ ਵਿੱਚ ਲੀਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲਈ ਸੰਪੂਰਨ ਥੀਆ ਰਾਮ ਸਤਿਗੁਰਾਂ ਦੀ ਬਾਣੀ ਸਤਿਗੁਰਾਂ ਦੇ ਪਾਵਨ ਬਚਨ ਭਗਤਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਦਰਜ ਹੈ ਉਪਦੇਸ਼ ਇਹੀ ਹੈ ਆਪ ਪੰਥ ਪ੍ਰਸਿੱਧ ਵਿਦਵਾਨਾਂ ਪਾਸੋਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਆਖਿਆ ਸਰਵਣ ਕਰਦੇ ਆ ਰਹੇ ਹੋ ਅੱਜ ਦਾ ਜੋ ਸ਼ਬਦ ਸਤਕਾਰਯੋਗ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਪਾਠ ਸਰਵਣ ਕੀਤਾ ਇਹ ਗੁਰਮੁਖ ਪਿਆਰਿਓ ਭਗਤ ਕਬੀਰ ਜੀ ਸ਼ਰੋਮਣੀ ਭਗਤ ਜਿਨ੍ਹਾਂ ਦੀ ਗੁਰੂ ਸਹਿਬਾਨਾਂ ਤੋਂ ਬਾਅਦ ਪਹਿਲੇ ਨੰਬਰ ਤੇ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿਨ੍ਹਾਂ ਦੇ ਰਾਗਾਂ ਚ ਬਾਣੀ ਹੈ ਗੁਰੂ ਸਹਬਾਨਾਂ ਤੋਂ ਬਾਅਦ ਭਗਤ ਕਬੀਰ ਜੀ ਦੀ ਬਾਣੀ ਤੇ ਕਬੀਰ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ ਇਹ ਵੀ ਸ਼ਰਧਾ ਭਾਵਨਾ ਪਿਆਰ ਦਾ ਕੋਈ ਆਇਆ ਭਗਵਾਨ ਕ੍ਰਿਸ਼ਨ ਜੀ ਦਾ ਜਿਗਿਆਸੂ ਭਗਤ ਕਬੀਰ ਸਭ ਕੋਲੇ ਕਹਿੰਦਾ ਕਬੀਰ ਸਾਹਿਬ ਕੋਈ ਭਗਵਾਨ ਦੀ ਮਹਿਮਾ ਕੋਈ ਭਗਵਾਨ ਕ੍ਰਿਸ਼ਨ ਜੀ ਦੀ ਕਿਉਂ ਤ੍ਰੇਤੇ ਦੇ ਅਵਤਾਰ ਆਪਣਾ ਦੁਆਪਰ ਦੇ ਅਵਤਾਰ ਬਾਣੀ ਪੜਦੇ ਆ ਗੁਰਮੁਖ ਪਿਆਰਿਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਗਵੰਸ ਕਹਾਇਓ ਦਵਾਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਦਵਾਪਰ ਦੇ ਅੰਦਰ ਕ੍ਰਿਸ਼ਨ ਭਗਵਾਨ ਦਾ ਅਵਤਾਰ ਤੇ ਕ੍ਰਿਸ਼ਨ ਭਗਵਾਨ ਦੇ ਜਿਹੜੇ ਭਗਤ ਨੇ ਉਹ ਕਬੀਰ ਸਾਹਿਬ ਕੋਲੇ ਆ ਕੇ ਕਹਿੰਦੇ ਕਬੀਰ ਸਾਹਿਬ ਕੋਈ ਭਗਵਾਨ ਕ੍ਰਿਸ਼ਨ ਜੀ ਜਖਰੀ ਅਰਥ ਕਰੀਏ ਗੁਰਮੁਖ ਪਿਆਰਿਓ ਸਾਂ ਵਚਨ ਕੀ ਕੀਤੇ ਕਹਿੰਦੇ ਕੋਈ ਸੁਣਾਓ ਉਹਨਾਂ ਦਾ ਵਚਨ ਤਾਂ ਕਬੀਰ ਸਾਹਿਬ ਜੀ ਨੇ ਇਹ ਗੌੜੀ ਰਾਗ ਦੇ ਅੰਦਰ ਉਚਾਰਨ ਕੀਤਾ 11ਵੇਂ ਘਰ ਸੁਰ ਤਾਲ ਦੇ ਅੰਦਰ ਇਸ ਨੂੰ ਗਾਉਣ ਦਾ ਰਾਗੀ ਸਿੰਘ ਸਹਿਬਾਨਾ ਨੂੰ ਇਹ ਸਾਰਾ ਜਿਵੇਂ ਘਰ ਹੁੰਦਾ ਗੁਰਮੁਖ ਪਿਆਰਿਓ 11ਵੇਂ ਘਰ ਸੁਰ ਤਾਲ ਦੇ ਅੰਦਰ ਰਾਗੀ ਸਿੰਘ ਸਹਿਬਾਨਾ ਨੂੰ ਦੇ ਉਚਾਰਨ ਕੀ ਹੈ ਆਓ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਭਗਤ ਕਬੀਰ ਜੀ ਕੀ ਉਚਾਰਨ ਕਰ ਰਹੇ ਹੈ ਕੋਈ ਵੀ ਗੁਰਮੁਖ ਪਿਆਰਿਓ ਸੁਰਤੀ ਬਿਰਤੀ ਖਿੰਡੀ ਨਾ ਰਹੇ ਸਾਰੇ ਮਾਈ ਭਾਈ ਆਪੋ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਮਿਲ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ आसपास घन तुर्सी का बिरवा माज बनारस गाऊं रे ओ आकाश रूप देख मोही गुवारण मोको छोड़ ना आऊं ना जाहू रे कबीर जी उच्चारण कर दे ने कहंदे आस-पास जमे जंगल ਤੇ ਜੰਗਲ ਦੇ ਅੰਦਰ ਤੁਰਸੀ ਤੁਲਸੀ ਸਨਾਤਨ ਮਤ ਦੇ ਅੰਦਰ ਗੁਰਮੁਖ ਪਿਆਰਿਓ ਬੜਾ ਜ਼ਿਕਰ ਆਉਂਦਾ ਤੁਲਸੀ ਦੇ ਪੌਦੇ ਦਾ ਤੇ ਖਿਆਲ ਕਰਨ ਤੁਲਸੀ ਕਾ ਬਿਰਵਾ ਬਿਰਵਾ ਨਾਮ ਦਰਖਤ ਦਾ ਬੂਟੇ ਦਾ ਰੁੱਖ ਦਾ ਤੁਲਸੀ ਦੇ ਪੌਦੇ ਤੇ ਵਿਚਾਲੇ ਕੀ ਹੈ ਬਨਾਰਸ ਵਿਚਾਲੇ ਗੁਰਮੁਖ ਪਿਆਰਿਓ ਨਗਰ ਦਾ ਨਾਉ ਨਗਰ ਜੋ ਬਿੰਦਰਾਵਨ ਗੁਰਮੁਖ ਪਿਆਰਿਓ ਬਨਾਰਸਗਾਓ ਤੇ ਕਬੀਰ ਸਾਹਿਬ ਕੀ ਬਚਨ ਕਰਦੇ ਕਹਿੰਦੇ ਭਾਈ ਆਸੇ-ਪਾਸੇ ਤੁਲਸੀ ਦੇ ਬੂਟੇ ਆ ਵਿਚਾਲੇ ਗਾਂ ਤੇ ਉਥੇ ਭਗਵਾਨ ਕ੍ਰਿਸ਼ਨ ਜੀ ਗਊਆਂ ਚਾਰ ਰਹੇ ਆ ਭਗਵਾਨ ਕ੍ਰਿਸ਼ਨ ਜੀ ਗਊਆਂ ਚਾਰਦੇ ਤੇ ਉਹਨਾਂ ਦਾ ਸਰੂਪ ਐਸਾ ਸੁੰਦਰ ਸਰੂਪ ਹੈ ਭਗਵਾਨ ਕ੍ਰਿਸ਼ਨ ਜੀ ਦਾ ਕਿਵਾ ਕਾ ਸਰੂਪ ਦੇਖ ਮੋਹੀ ਗਵਾਰਣ ਉਸ ਨਗਰ ਦੇ ਗੁਰਮੁਖ ਪਿਆਰਿਓ ਰਾਧਕਾ ਇਕ ਗੋਪੀ ਗੁਰਮੁਖ ਪਿਆਰਿਓ ਉਹਨਾਂ ਦਾ ਸਰੂਪ ਦੇਖ ਕੇ ਮੋਹਿਤ ਹੋ ਜਾਣਾ ਸੁੰਦਰ ਸਰੂਪ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਭਗਵਾਨ ਦਾ ਸਰੂਪ ਜਿਵੇਂ ਗੁਰੂਆਂ ਦਾ ਸਰੂਪ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਸਰੂਪ ਜਦੋਂ ਜਿਹੜਾ ਦਰਸ਼ਨ ਕਰਦਾ ਜਮਾਲ ਤੇ ਜ਼ਲਾਲ ਦਾ ਭਰਿਆ ਨੂਰਾਨੀ ਚਿਹਰਾ ਚਿਹਰੇ ਤੇ ਸਜੀ ਦਸਤਾਰ ਦਸਤਾਰ ਤੇ ਜਿੰਗਾ ਕਲਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਐਸਾ ਸੁੰਦਰ ਸਰੂਪ ਭਗਵਾਨ ਦਾ ਸਰੂਪ ਪ੍ਰਮਾਤਮਾ ਦਾ ਸਰੂਪ ਤੇ ਗੁਰਮੁਖ ਪਿਆਰੇ ਦਵਾਪਰ ਦੇ ਅਵਤਾਰ ਨੇ ਤੇ ਉਹਨਾਂ ਦਾ ਸਰੂਪ ਦੇਖ ਕੇ ਮੋਹਿਤ ਹੋ ਜਾਣਾ ਮੋਹੀ ਗਵਾਰਣ ਗਵਾਲਣ ਗਊਆਂ ਨੂੰ ਚਾਰਨ ਵਾਲ ਗਊਆਂ ਨੂੰ ਸੰਭਾਲਣ ਵਾਲ ਤੇ ਭਗਵਾਨ ਦੇ ਚਰਨਾਂ ਨਾਲ ਜੁੜੀ ਕੀ ਆਖਿਆ ਮੋਕੋ ਛੋੜ ਨਾ ਆਉ ਨ ਜਾਹੂਰੇ ਭਗਵਾਨ ਜੀ ਹਰਦੇ ਚ ਵਸੇ ਰਹੋ ਮੈਨੂੰ ਛੱਡ ਕੇ ਕਿਤੇ ਆਉਣਾ ਤੇ ਜਾਣਾ ਨਹੀਂ ਪ੍ਰਮਾਤਮਾ ਨਾਲ ਪਿਆਰ ਭਗਵਾਨ ਨਾਲ ਪਿਆਰ ਜਿਨ੍ਹਾਂ ਦੀ ਸ਼ਰਧਾ ਭਾਵਨਾ ਪਿਆਰ ਆ ਹੁਣ ਪਿਆਰ ਦਾ ਬਚਨ ਗੁਰਮੁਖ ਪਿਆਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਰਚਨਾ ਤੋਂ ਪੜੋ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਉਚਾਰਿਆ ਤੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਆ ਤੇ ਨਿਤਨੇਮ ਦੀਆਂ ਬਾਣੀਆਂ ਚ ਅਸੀਂ ਪੜਦੇ ਸਾਚ ਕਹੋ ਸੁਣ ਲਿho ਸਭੈ ਜਨ ਪ੍ਰੇਮ ਕੀਓ ਤិនਹੀ ਪ੍ਰਭ ਪਾਇਓ ਸਾਰੇ ਜਪੋ ਜਨ ਪ੍ਰੇਮ ਕੀਓ ਤិនਹੀ ਪ੍ਰਭ ਪਾਇਓ ਜਿਨਾਂ ਨੇ ਪ੍ਰੇਮ ਕੀਤਾ ਭਾਵਨਾ ਸ਼ਰਧਾ ਪਿਆਰ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਤੇ ਸ਼ਰਧਾ ਭਾਵਨਾ ਪਿਆਰ ਭਗਵਾਨ ਕ੍ਰਿਸ਼ਨ ਤੇ ਰਾਧਾ ਦਾ ਮੋਹਿਣ ਮੋਹਿਤ ਹੋਣਾ ਮੋਹੀ ਗੁਵਾਰਨ ਗਵਾਲਨ ਦਾ ਮੋਹਿਤ ਹੋਣਾ ਭਗਵਾਨ ਦੇ ਚਰਨਾਂ ਨਾਲ ਪਿਆਰ ਦੇਖੋ ਭਾਈ ਗੋਂਦੇ ਦੀ ਸਾਖੀ ਅਸੀਂ ਪੜਦੇ ਆਂ ਗੁਰੂ ਹਰ राय ਸਾਹਿਬ ਸੱਚੇ ਪਾਦਸ਼ਾਹ 7ਵੇਂ ਗੁਰੂ ਨਾਨਕ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਨੇ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਦਰਬਾਰ ਲੱਗਿਆ ਪਿਆ ਸਤਗੁਰ ਗੁਰਤਾ ਗੱਦੀ ਸਿੰਘਾਸਣ ਤੇ ਬਰਾਜਮਾਨ ਨੇ ਤੇ ਸੰਗਤਾਂ ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਦੇ ਨਿਤਨੇਮ ਜਾਪ ਵਿੱਚ ਜੁੜੀਆਂ ਬੈਠੀਆਂ ਤੇ ਉਧਰ ਗੁਰੂ ਕਾ ਸਿੱਖ ਕਾਬਲ ਦੀ ਧਰਤੀ ਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਸਤਿਗੁਰਾਂ ਭੇਜਿਆ ਤੇ ਉੱਚ ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦਾ ਧਿਆਨ ਸਤਿਗੁਰ ਦੇ ਚਰਨਾਂ ਨਾਲ ਜੋੜ ਲਿਆ ਤੇ ਪਾਠ ਕਰਦੇ ਕਰਦੇ ਵਿਸੁੱਧ ਅਵਸਥਾ ਭਾਈ ਗੋੰਦੇ ਦੀ ਗੁਰੂ ਦੇ ਚਰਨਾਂ ਨਾਲ ਪਿਆਰ ਗੁਰੂ ਦੇ ਚਰਨਾਂ ਨਾਲ ਲਿਪਟ ਜਾਣਾ ਭਾਈ ਗੋਦਾ ਜੀ ਨੇ ਧਿਆਨ ਦੇ ਦੁਆਰਾ ਕਿਥੇ ਕਾਬਲ ਕਿਥੇ ਕੀਰਤਪੁਰ ਸਾਹਿਬ ਦੀ ਧਰਤੀ ਪਰ ਗੁਰੂ ਦਾ ਪਿਆਰ ਧਿਆਨ ਦੇ ਦੁਆਰਾ ਸਤਿਗੁਰ ਦੇ ਚਰਨ ਫੜ ਲਏ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ ਤੇ ਗੁਰਮੁਖ ਪਿਆਰੋ ਐਸੇ ਬਿਰਤੀ ਦਸਮ ਦਵਾਰ ਚ ਟਿਕ ਗਈ ਭਾਈ ਗੋਦਾ ਜੀ ਦੀ ਸਤਿਗੁਰ ਦੇ ਚਰਨ ਫੜੇ ਹੋਏ ਆ ਧਿਆਨ ਦੇ ਦੁਆਰਾ ਜਿਵੇਂ ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਊਡੇ ਊਡ ਆਵੇ ਸੈ ਕੋਸਾ ਤਿਸ ਪਾਸੈ ਬਚਰੇ ਸਰਿਆ ਤਿੰ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਮਨ ਚ ਸਿਮਰਨ ਧਿਆਨ ਦੁਆਰਾ ਸਿਮਰਨ ਧਿਆਨ ਦੁਆਰਾ ਬੱਚਿਆਂ ਦੀ ਪ੍ਰਤ ਪਾਲਣਾ ਬੱਚਿਆਂ ਨੂੰ ਖੁਰਾਕ ਕੂੰਜਾਂ ਦਾ ਜ਼ਿਕਰ ਕਰਦਿਆਂ ਗੁਰਬਾਣੀ ਵਿੱਚ ਸਤਿਗੁਰਾਂ ਨੇ ਫਰਮਾਇਆ ਤੇ ਖਿਆਲ ਕਰਨ ਭਾਈ ਗੋੰਦਾ ਜੀ ਧਿਆਨ ਦੇ ਵਿੱਚ ਹੀ ਸਤਿਗੁਰ ਦੇ ਚਰਨ ਫੜ ਕੇ ਬਹਿ ਗਏ ਧਿਆਨ ਦੇ ਵਿੱਚ ਹੁਣ ਦਰਬਾਰ ਅਮਰਤ ਵੇਲੇ ਦਾ ਨਿਤਨੇਮ ਸਮਾਪਤ ਹੋਇਆ ਸਤਿਗੁਰ ਬੈਠੇ ਐ ਸਤਿਗੁਰ ਬਿਲਕੁਲ ਅਡੋਲ ਕਿਸੇ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੋਈ ਅੰਗ ਨਹੀਂ ਹਿਲਾ ਰੇ ਬੜੇ ਆਨੰਦ ਵਿੱਚ ਸਤਿਗੁਰ ਸੰਗਤਾਂ ਦੇਖ ਰਹੀਆਂ ਅੱਗੇ ਨਿਤਨੇਮ ਦੀ ਸਮਾਪਤੀ ਹੁੰਦੀ ਤੇ ਸਤਿਗੁਰ ਸੱਚੇ ਪਾਤਸ਼ਾਹ ਉੱਠਦੇ ਸੰਗਤਾਂ ਆ ਕੇ ਸੇਵਾ ਦਰ ਬੇਨਤੀ ਕਰਦੇ ਵੀ ਸਵੇਰ ਦਾ ਹਾਜ਼ਰੀ ਵੇਲਾ ਤਿਆਰ ਹੈ ਭੋਜਨ ਪ੍ਰਸ਼ਾਦਾ ਜਲ ਪਾਣੀ ਤਿਆਰ ਹੈ ਸੱਚੇ ਪਾਤਸ਼ਾਹ ਆਪ ਸਕੋ ਭੋਗ ਲਾਓ ਤੇ ਸੰਗਤਾਂ ਨੂੰ ਛਕਾਓ ਸੰਗਤਾਂ ਵੀ ਛਕਣ ਪਰ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉੱਠੇ ਹੀ ਨਹੀਂ ਹੈ ਤੇ ਉਧਰੋਂ ਗੁਰਮੁਖ ਪਿਆਰਿਓ ਸਮਾਂ ਘੰਟਿਆਂ ਵੱਧੀ ਬੀਤਦਾ ਗਿਆ ਇੱਕ ਘੰਟਾ ਲੰਘਿਆ ਦੋ ਘੰਟੇ ਲੰਘੇ ਫਿਰ ਸੇਵਾਦਾਰਾਂ ਨੇ ਆ ਕੇ ਬੇਨਤੀ ਕੀਤੀ ਹਜੂਰ ਸੱਚੇ ਪਾਤਸ਼ਾਹ ਭੋਜਨ ਤਿਆਰ ਰਸੋਈ ਤਿਆਰ ਆ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਭੋ ਭੋਗ ਹਰ ਰਾਏ ਸੱਚੇ ਪਾਤਸ਼ਾਹ ਭੋਗ ਲਾਓ ਪ੍ਰਸ਼ਾਦ ਛਕੋ ਆਪ ਛਕੋ ਤੇ ਸੰਗਤਾਂ ਛਕਣ ਤੇ ਹੁਣ ਸਤਗੁਰ ਸੱਚੇ ਪਾਤਸ਼ਾਹ ਢੋਲ ਬੈਠੇ ਕੋਈ ਬਚਨ ਨਹੀਂ ਗੁਰਮੁਖ ਪਿਆਰਿਓ ਦੁਪਹਿਰ ਦਾ ਸਮਾਂ ਆ ਗਿਆ ਭਾਈ ਗੋਂਦਾ ਜੀ ਧਿਆਨ ਦੁਆਰਾ ਚਰਨ ਫੜੀ ਬੈਠੇ ਸਤਿਗੁਰ ਸੱਚੇ ਪਾਤਸ਼ਾਹ ਦੇ ਜਦੋਂ ਗੁਰਮੁਖ ਪਿਆਰਿਓ ਸੁਰਤ ਆਈ ਨਾ ਭਾਈ ਗੋਂਦੇ ਨੂੰ ਤੇ ਸਮਾਦੀ ਤੋਂ ਥਾਣ ਹੋਏ ਗੁਰਮੁਖ ਪਿਆਰਿਓ ਉੱਠਿਆ ਤੇ ਉਦੋਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਠਣਾ ਕੀਤਾ ਸਿੰਘਾਸਣ ਤੋਂ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਅੱਗੇ ਤੇ ਆਪ ਨਿਤਨੇਮ ਦੀ ਸਮਾਪਤੀ ਤੋਂ ਬਾਅਦ ਉੱਠ ਪੈਂਦੇ ਸੀ ਭੋਜਨ ਪ੍ਰਸ਼ਾਦਾ ਰਸੋਈ ਛਕਦੇ ਪਰ ਅੱਜ ਸਤਿਗੁਰ ਸੱਚੇ ਪਾਤਸ਼ਾਹ ਕੀ ਉਹ ਸਤਿਗੁਰ ਕਹਿੰਦੇ ਸਮਾ ਆਵੇਗਾ ਪਤਾ ਲੱਗ ਜਾਵੇਗਾ ਕੀ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਮਹਾਰਾਜ ਕਹਿੰਦੇ ਭਾਈ ਭਾਈ ਗੋੰਦਾ ਪੈਰ ਫੜੀ ਬੈਠਾ ਸੀ ਜੇਕਰ ਅਸੀਂ ਉੱਠ ਪੈਂਦੇ ਤੇ ਸਿੱਖ ਦਾ ਧਿਆਨ ਟੁੱਟ ਜਾਣਾ ਸੀ ਬਿਰਤੀ ਲਿਜਾਣੀ ਸੀ ਧਿਆਨ ਟੁੱਟ ਜਾਂਦਾ ਸਿੱਖ ਦਾ ਜਿਹੜਾ ਧਿਆਨ ਧਿਆਨ ਚ ਹੀ ਚਰਨ ਫੜੀ ਬੈਠਾ ਧਿਆਨ ਚ ਹੀ ਪੈਰ ਫੜੀ ਬੈਠਾ ਫਿਰ ਜਦੋਂ ਭਾਈ ਗੋੰਦਾ ਸੰਗਤਾਂ ਸਮੇਤ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਇਆ ਨਾ ਦਿਨਵਾਰ ਸਮਾ ਨੋੜ ਸੰਗਤਾਂ ਨੇ ਪੁੱਛਿਆ ਕਹਿੰਦੇ ਵੀ ਐਸ ਦਿਨ ਆਹ ਵਰਤਾਰਾ ਵਰਤਿਆ ਗੁਰੂ ਦੇ ਦਰਬਾਰ ਵਿੱਚ ਤੇ ਜਿਹੜੀਆਂ ਸੰਗਤਾਂ ਸੀ ਕਾਬਲ ਦੀਆਂ ਉਹਨਾਂ ਨੇ ਦੱਸਿਆ ਕਿ ਉਸ ਦਿਨ ਭਾਈ ਗੋੰਦਾ ਜੀ ਦਰਿਆ ਤੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਵਗਦੇ ਪਾਣੀ 'ਚ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਬੈਠ ਗਏ ਤੇ ਪਾਠ ਕਰਦੇ ਕਰਦੇ ਦੁਪਹਿਰ ਤੱਕ ਆਥਨ ਵੇਲੇ ਤੱਕ ਬੇਸੁੱਧ ਬਸ ਇਸੇ ਤਰ੍ਹਾਂ ਰਹੇ ਸਾਨੂੰ ਨਹੀਂ ਪਤਾ ਕੀ ਵਰਤਾਰਾ ਵਰਤਿਆ ਪਰ ਇਸ ਦਿਨ ਵਾਕਿਆ ਹੀ ਇਹ ਘਟਨਾ ਵਾਪਰੀ ਸੀ ਤਾਂ ਸੰਗਤਾਂ ਕਹਿੰਦੀਆਂ ਧੰਨ ਸਤਗੁਰ ਧੰਨ ਸਿੱਖ ਤੇ ਧੰਨ ਸਿੱਖੀ ਐਸੇ ਸਤਗੁਰ ਪੂਰਾ ਸਤਗੁਰ ਤੇ ਪੂਰਾ ਸਿੱਖ ਤੇ ਪੂਰਾ ਗੁਰੂ ਦਾ ਪਿਆਰ ਤੇ ਸ਼ਰਧਾ ਭਾਵਨਾ ਦੇਖੋ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਿ ਸੱਚੇ ਧਿਆਨ ਦੁਆਰਾ ਪਿਆਰ ਸਤਗੁਰੂ ਦੇ ਨਾਲ ਤੇ ਇਥੇ ਭਗਵਾਨ ਦਾ ਗੁਰਮੁਖ ਪਿਆਰਿਓ ਜ਼ਿਕਰ ਕਰਦਿਆਂ ਭਗਵਾਨ ਕ੍ਰਿਸ਼ਨ ਜੀ ਦਾ ਭਗਤ ਕਬੀਰ ਜੀ ਕਹਿੰਦੇ ਨੇ ਉਹਨਾਂ ਦੇ ਸੁੰਦਰ ਸਰੂਪ ਤੇ ਮੋਹਿਤ ਇੱਕ ਗੋਪੀ ਗਵਾਲਣ ਤੇ ਭਾਵਨਾ ਕੀ ਆਖਿਆ ਮੋਕੋ ਛੋੜ ਨਾ ਆਹੂ ਨਾ ਜਾਹੂ ਜਾਉ ਰੇ ਸਤਿ ਕਿ ਭਗਵਾਨ ਮੇਰੇ ਕੋਲੋਂ ਦੂਰ ਨਾ ਜਾਓ ਮੇਰੇ ਹਿਰਦੇ 'ਚ ਵਸਰੋ ਤੁਹਾਡਾ ਧਿਆਨ ਹਿਰਦੇ 'ਚ ਵਸਿਆ ਰਹੇ ਤੁਹੇ ਚਰਨ ਮਨ ਲਾਗੋ ਸਾਰੰਗ ਧਰ ਕੀ ਆਖਿਆ ਹੇ ਧਨਖੁ ਧਾਰੀ ਸਾਰੰਗ ਧਰ ਤੁਹਾਡੇ ਚਰਨਾਂ ਨਾਲ ਮੇਰਾ ਮਨ ਜੁੜ ਗਿਆ ਜਿਵੇਂ ਭਾਈ ਗੋਦਾ ਜੀ ਚਰਨਾਂ ਨਾਲ ਧਿਆਨ ਜੋੜੀ ਬੈਠੇ ਆ ਕਾਬਲ ਬੈਠੇ ਹੋਏ ਧਿਆਨ ਜੋੜੀ ਬੈਠਿਆ ਧਿਆਨ ਦੁਆਰਾ ਸਤਿਗੁਰ ਦੇ ਚਰਨ ਫੜੇ ਹੋਏ ਆ ਸੋ ਮਿਲਿਆ ਜੋ ਬੜ ਭਾਗੋ ਪਰ ਪ੍ਰਾਪਤੀ ਕਿੰਨਾ ਨੂੰ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਆ ਸਤਗੁਰ ਦੇ ਚਰਨ ਸਤਗੁਰ ਦਾ ਪਿਆਰ ਭਾਗਾ ਤੋਂ ਬਿਨਾ ਨਹੀਂ ਕਰਮਾਂ ਤੋਂ ਬਿਨਾ ਨਹੀਂ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਜੇ ਕਰਮਾਂ ਚ ਨਾ ਹੋਵੇ ਭਾਗਾ ਚ ਨਾ ਹੋਵੇ ਪ੍ਰਾਪਤੀ ਨਹੀਂ ਹੁੰਦੀ ਇਹ ਵੱਡੇ ਭਾਗ ਆ ਵੱਡ ਭਾਗੀ ਸਾਧ ਸੰਗ ਪ੍ਰਾਪ ਜਿਹੜਾ ਸਤ ਸੰਗ ਵਿੱਚ ਆਉਨੇ ਆ ਇਹ ਵੀ ਵੱਡੇ ਭਾਗ ਆ ਜਿਹੜੇ ਗੁਰੂ ਦੇ ਦੁਆਰੇ ਤੇ ਚੱਲ ਕੇ ਆ ਜਾਂਦੇ ਵੱਡੇ ਭਾਗ ਆ ਗੁਰੂ ਦੇ ਚਰਨਾਂ ਨਾਲ ਜੁੜਦਾ ਵੱਡੇ ਭਾਗ ਆ ਨਹੀਂ ਤੇ ਮਨੁੱਖ ਵਿਸ਼ੇ ਵਿਚਾਰਾਂ ਚ ਮੋਹ ਮਾਇਆ ਪਦਾਰਥਾਂ ਚ ਜੀਵਨ ਬਰਬਾਦ ਕਰ ਦਿੰਦਾ ਜਿਹੜੇ ਉਸ ਪ੍ਰਮਾਤਮਾ ਭਗਵਾਨ ਅੱਲਾ ਖੁਦਾ ਵਾਹਿਗੁਰੂ ਰਾਮ ਨਾਲ ਜੁੜਦੇ ਆ ਉਹ ਵੱਡੇ ਭਾਗ ਆ ਤਾਂ ਜੁੜਦੇ ਨਹੀਂ ਤੇ ਗੁਰਮੁਖ ਪਿਆਰਿਓ ਜੇ ਭਾਗ ਚੰਗੇ ਨਾ ਹੋਣ ਕਰਮ ਚੰਗੇ ਨਾ ਹੋਣ ਤੇ ਫਿਰ ਇਹ ਪ੍ਰਾਪਤੀ ਨਹੀਂ ਹੁੰਦੀ ਜਿਹਦੇ ਕਰਮ ਚੰਗੇ ਭਾਗ ਚੰਗੇ ਉਹ ਤੇ ਦੂਰ ਦਰਾਡੇ ਤੋਂ ਚੱਲ ਕੇ ਵੀ ਆ ਜਾਂਦਾ ਗੁਰੂ ਦੇ ਦਵਾਰੇ ਜੁੜ ਜਾਂਦਾ ਪਰ ਜੇਦੇ ਕਰਮ ਚੰਗੇ ਨਹੀਂ ਭਾਵੇਂ ਗੁਰਦੁਆਰੇ ਨਾਲ ਕੰਧ ਸਾਂਝੀ ਲੱਗਦੀ ਹੋਵੇ ਗੁਰਦੁਆਰੇ ਦੇ ਗਵਾਂਢ ਰਹਿੰਦਾ ਹੋਵੇ ਉਹ ਘਰੋਂ ਉੱਠ ਕੇ ਗੁਰਦੁਆਰੇ ਜਾ ਕੇ ਗੁਰੂ ਨੂੰ ਮੱਥਾ ਨਹੀਂ ਟੇਕ ਸਕਦਾ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ ਕਾਰਨ ਉਹਦੇ ਭਾਗ ਚੰਗੇ ਨਹੀਂ ਕਰਮ ਚੰਗੇ ਨਹੀਂ ਚੰਗੇ ਭਾਗ ਚੰਗੇ ਕਰਮ ਤੇ ਗੁਰੂ ਦੇ ਦਵਾਰੇ ਤੇ ਆਏ ਆ ਤੇ ਇੱਥੇ ਆ ਕੇ ਹੋਰ ਚੰਗੇ ਕਰਮ ਬਣਨੇ ਆ ਭਾਗ ਚੰਗੇ ਬਣਨੇ ਆ ਚੰਗੇ ਕਰਮ ਜਿਹੜੇ ਗੁਰੂ ਦੀ ਬਾਣੀ ਵੱਲ ਪਰਮਾਤਮਾ ਦੇ ਨਾਮ ਵੱਲ ਲ ਜਾਂਦੇ ਆ ਤੇ ਖਿਆਲ ਕਰਿਓ ਜਦੋਂ ਪਰਮਾਤਮਾ ਦੇ ਨਾਮ ਵੱਲ ਜਾਂਦੇ ਆ ਤੇ ਹੋਰ ਚੰਗੇ ਭਾਗ ਬਣਦੇ ਆ ਹੋਰ ਚੰਗੇ ਕਰਮ ਬਣਦੇ ਆ ਹੁਣ ਕਰਮਾਂ ਦੀ ਸਤਗੁਰਾਂ ਨੇ ਬਾਣੀ ਜਾਂ ਕਰਮਾਂ ਉੱਪਰ ਨਿਭੜਾ ਕਰਮਾਂ ਤੇ ਹੀ ਤਾਂ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਕਰਮਾਂ ਦਾ ਹੀ ਤੇ ਗੁਰਮੁਖ ਪਿਆਰਿਓ ਜੇਕਰ ਸਤਗੁਰ ਜੈਸਾ ਬੀਜਾ ਸੋਲੋਣਾ ਕਰਮਾਂ ਸੰਧੜਾ ਖੇਤ ਤੇ ਜਿਹੋ ਜੇ ਕਰਮ ਕੀਤੇ ਵੱਢਣੇ ਤੇ ਉਹੀ ਐ ਜੋ ਬੀਜਿਆ ਵੱਢਣਾ ਤੇ ਉਹੀ ਐ ਹੁਣ ਖੇਤ ਵਿੱਚ ਅਸੀਂ ਕਣਕ ਦਾ ਬੀਜ ਬੀਜ ਕੇ ਛੋਲੇ ਤਾਂ ਨਹੀਂ ਵੱਢ ਸਕਦੇ ਕਿਕਰਾਂ ਦਾ ਬੀਜ ਬੀਜ ਕੇ ਤੇ ਮੇਵੇ ਤਾਂ ਪ੍ਰਾਪਤ ਨਹੀਂ ਹੋ ਸਕਦੇ ਗੁਰਮੁਖ ਪਿਆਰਿਓ ਹੁਣ ਬੀਜਿਆ ਕਿਕਰਾਂ ਦਾ ਬੀਜ ਐ ਤੇ ਭਾਲਦੇ ਆ ਮੇਵੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਲੋੜੈ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਹੰਡੇ ਉਹਨ ਕਤਾਏ ਦਾ ਪੈਂਦਾ ਲੋੜੇ ਪੱਟ ਬੀਜ ਕਿਕਰਾਂ ਦਾ ਤੇ ਭਾਲ ਦਾ ਬਜ਼ੌਰ ਦੀਆਂ ਦਾਖਾਂ ਮਿੱਠੇ ਮੇਵੇ ਭਾਲਦਾ ਕਰਮ ਮਾੜਿਆ ਤੇ ਫਲ ਜਿਹੜਾ ਗੁਰਮੁਖ ਪਿਆਰਿਓ ਮਿੱਠਾ ਭਾਲਦਾ ਪ੍ਰਾਪਤ ਨਹੀਂ ਹੋਣਾ ਜੋ ਬੀਜਿਆ ਉਹੀ ਵੜਣਾ ਧਰਤੀ ਦੀ ਤਹਿ ਵਿੱਚ ਜਿਹੜਾ ਬੀਜ ਸਿਟਿਆ ਗੁਰਮੁਖ ਪਿਆਰਿਓ ਉੱਗਣਾ ਉਹੀ ਧਰਤੀ ਦੀ ਤਹਿ ਨੇ ਬੋਧਾ ਚਿਰਨੀ ਉਸ ਨੂੰ ਟੱਕ ਕੇ ਰੱਖਣਾ ਇੱਕ ਨਾ ਇੱਕ ਦਿਨ ਉਹਨੇ ਧਰਤੀ ਦੀ ਤਹਿ ਪਾੜ ਕੇ ਕੋਈ 2 ਦਿਨ ਕੋਈ 4 ਦਿਨ ਧਰਤੀ ਦੀ ਤਹਿ ਪਾੜ ਕੇ ਬੀਜ ਨੇ ਬਾਹਰ ਆ ਜਾਣੇ ਦੁਨੀਆ ਨੂੰ ਪਤਾ ਲੱਗ ਜਾਣਾ ਵੀ ਇਹਨੇ ਕੀ ਬੀਜਿਆ ਸੀਗਾ ਜੋ ਉਗਿਆ ਉਹ ਬੀਜਿਆ ਸੀ ਜਿਹੜਾ ਬੀਜਿਆ ਉਹੀ ਉਗਣਾ ਚੰਗੇ ਕਰਮ ਗੁਰਮੁਖ ਪਿਆਰਿਓ ਵੱਡੇ ਭਾਗ ਜੁੜਦਾ ਕੌਣ ਹੈ ਪ੍ਰਮਾਤਮਾ ਦੇ ਚਰਨਾਂ ਨਾਲ ਮਿਲਦਾ ਕੌਣ ਹੈ ਸੋ ਮਿਲੈ ਜੋ ਵੱਡ ਭਾਗੋ ਜਿਹਦੇ ਵੱਡੇ ਭਾਗ ਆ ਉਹੀ ਗੁਰੂ ਦੇ ਦਵਾਰੇ ਨਾਲ ਜੁੜਦਾ ਉਹੀ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਬੰਦਗੀ ਨਾਲ ਜੁੜਦਾ ਹੈ ਸ਼ੁਭ ਕਰਮਾਂ ਨਾਲ ਜੁੜਦਾ ਹੈ ਜਿਹਦੇ ਚੰਗੇ ਕਰਮ ਜਿਹਦੇ ਭਾਗ ਚੰਗੇ ਨਹੀਂ ਕਰਮ ਚੰਗੇ ਨਹੀਂ ਉਹ ਜੁੜ ਨਹੀਂ ਸਕਦਾ ਇਸ ਕਰਕੇ ਗੁਰਮੁਖ ਪਿਆਰਿਓ ਆਖਿਆ ਕਿ ਪ੍ਰਮਾਤਮਾ ਦੇ ਨਾਮ ਨਾਲ ਜੁੜੋ ਬੰਦਗੀ ਨਾਲ ਜੁੜੋ ਭਗਤੀ ਨਾਲ ਜੁੜੋ ਤੇ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਮੁਕਤ ਕਰ ਸਕਦਾ ਹੈ ਜੇਕਰ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਨਾ ਤੇ ਮਹਾਪੁਰਸ਼ਾਂ ਦੇ ਬੋਲ ਸੰਤਨ ਕਾ ਸਤ ਸੰਗ ਬਡੋ ਮਿਲ ਸੰਤਨ ਸਿਉ ਭਵ ਸਿੰਧ ਤਰੋ રે ਜਬ ਸੰਗਤ ਤੁਮ ਤੇ ਨਾਹੀਂ ਬਣੈ ਹਰ ਨਾਮ ਰਰੂ ਅਰ ਦਾਨ ਕਰੋ રે ਜਬ ਤੁਮ ਤੇ ਕਛ ਨਾਹੀਂ ਬਣੈ ਨਾ ਪਾਪਨ ਕਾ ਸਿਰ ਬੋਝ ਧਰੋ રે ਪਾਪਨ ਤੇ ਜਬ ਨਾਹੀਂ ਬਚੈ ਆਖਿਆ ਵੀ ਸਾਰਾ ਕੁਛ ਔਖਾ ਹੈ ਨਾ ਸੰਗਤ ਹੁੰਦੀ ਨਾ ਨਾਮ ਜਪਿਆ ਜਾਂਦਾ ਪਪਾ ਤੋਂ ਵੀ ਨਹੀਂ ਬਚਿਆ ਜਾਂਦਾ ਉਹ ਕਹਿੰਦੇ ਕੁਝ ਤਾਂ ਕਰ ਲੈ ਤੇਰਾ ਭਲਾ ਹੋ ਜਾਵੇ ਗੁਰਮੁਖਾਂ ਦੀ ਸੰਗਤ ਕਰ ਲੈ ਸਾਧ ਸੰਗਤ ਕਰ ਲੈ ਗੁਰੂ ਦੇ ਦਵਾਰੇ ਨਾ ਜੁੜ ਜਾ ਇਹ ਵੱਡਾ ਕਲਯੁਗ ਦੇ ਅੰਦਰ ਪੁੰਨ ਦਾ ਕਰਮ ਹੈ ਤੇਰਾ ਭਲਾ ਹੋ ਜਾਵੇਗਾ ਸੰਤਨ ਕਾ ਸਤ ਸੰਗ ਬੜੋ ਮਿਲ ਸੰਤਨ ਸਿਓ ਭਵ ਸਿੰਧ ਤਰੋ ਰੇ ਭਵ ਸਾਗਰ ਨੂੰ ਤਰ ਜਾਵੇਂਗਾ ਸਾਧੂਆਂ ਦੀ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਪਰਮਾਤਮਾ ਦੀ ਰੰਗਤ ਪਰਮਾਤਮਾ ਦਾ ਨਾਮ ਜਪ ਕੇ ਆਖਿਆ ਬੜਾ ਔਖਾ ਕੰਮ ਐ ਜੀ ਸੰਗਤ ਕਰਨੀ ਸੌਖੀ ਗੱਲ ਐ ਮਨ ਇੱਧਰ ਉੱਧਰ ਭੱਜਦਾ ਸਮਾਂ ਨਹੀਂ ਨਿਕਲਦਾ ਹਰ ਮਨੁੱਖ ਕਹਿੰਦਾ ਸਮਾਂ ਹੀ ਨਹੀਂ ਹੈਗਾ ਮੇਰੇ ਕੋਲ ਸਮਾਂ ਨਹੀਂ ਐ ਆਖਿਆ ਚੰਗਾ ਜੇ ਤੇਰੇ ਕੋਲ ਸਮਾਂ ਨਹੀਂ ਐ ਸੰਗਤ ਦਾ ਜਦ ਸੰਗਤ ਤੁਮ ਤੇ ਨਾਹੀਂ ਬਣੈ ਹਰ ਨਾਮ ਰਰੋ ਅਰਦਾਨ ਕਰੋ ਰ ਆਖਿਆ ਫਿਰ ਨਾਮ ਜਪ ਲੈ ਦਸਵੰਦ ਕੱਢ ਲੈ ਕਿਰਤ ਕਮਾਈਆਂ ਚੋਂ ਗਰੀਬ ਦਾ ਭਲਾ ਕਰ ਗਰੀਬ ਦੀ ਬਾਹ ਫੜ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਸੇ ਬਿਮਾਰ ਦਾ ਇਲਾਜ ਕਰਾ ਦੇ ਕਿਸੇ ਗਰੀਬ ਦੀ ਧੀ ਬਾਹਰੋਂ ਉਠਾ ਦੇ ਕਿਸੇ ਬਿਮਾਰ ਦੀ ਸੇਵਾ ਕਰ ਲੈ ਕੋਈ ਦਾਨ ਕਰ ਲੈ ਆਪਣੀ ਕਿਰਤ ਦੇ ਵਿੱਚੋਂ ਜਦ ਸੰਗਤ ਤੁਮ ਤੇ ਨਾਹੀਂ ਬਣੈ ਹਰ ਨਾਮ ਰਰੋ ਅਰ ਦਾਨ ਕਰੋ રે ਆਖਿਆ ਜੀ ਬੜਾ ਔਖਾ ਮਾੜੇ ਕੰਮ ਤੇ ਤੇ ਬੰਦਾ ਲੱਖਾਂ ਰੁਪਏ ਖਰਚ ਦੇਉਂਦਾ ਚੰਗੇ ਪਾਸੇ ਖਰਚ ਕਿੱਥੇ ਹੁੰਦੇ ਚੰਗੇ ਪਾਸੇ ਕਿੱਥੇ ਗੁਰਮੁਖ ਪਿਆਰਿਓ ਗੁਰਦੁਆਰੇ ਆਇਆ ਜੇਬ ਵਿੱਚ 100 ਰੁਪਏ ਗੁਰਮੁਖ ਪਿਆਰਿਓ ਗੁਰਦੁਆਰੇ ਦੀ ਗੋਲਕ ਚੋਂ ਤਾਂ 10 ਰੁਪਏ ਤੇ ਜਾਂਦਾ ਜਾਂਦਾ ਸ਼ਰਾਬ ਦੇ ਠੇਕੇ ਤੇ ਭਾਵੇਂ 100 ਦਾ 100 ਹੀ ਲਾ ਦੇਵੇ ਮਾੜੇ ਪਾਸੇ ਗੁਰਮੁਖ ਪਿਆਰਿਓ ਖਰਚ ਹੋ ਜਾਏਗਾ ਗੁਰੂ ਦਾ ਲੰਗਰ ਚੱਲ ਰਿਹਾ ਲੰਗਰ ਦੇ ਵਿੱਚ ਤਾਂ 10 ਰੁਪਏ ਤੇ ਮਾੜੇ ਪਾਸੇ ਗੁਰਮੁਖ ਪਿਆਰਿਓ ਜਿੰਨੇ ਮਰਜ਼ੀ ਲਵਾ ਲਓ ਆ ਦੇਖ ਲਈ ਅਸੀਂ ਵਿਆਹ ਸ਼ਾਦੀਆਂ ਦੇ ਅੰਦਰ ਗੁਰਮੁਖ ਪਿਆਰਿਓ ਜੇ ਗੁਰੂ ਕੇ ਕੀਰਤਨੀਏ ਆਨੰਦ ਕਾਰਜ ਦੀ ਰਸਮ ਗ੍ਰੰਥੀ ਸਿੰਘਾਂ ਵੱਲੋਂ ਚਾਰ ਲਾਵਾਂ ਦਾ ਜਾਪ ਉਥੇ ਤੇ ਕਹਿਣਾ 500 ਰੁਪਈਆ ਵੀ ਜ਼ਿਆਦਾ ਤੇ ਜਦੋਂ ਗੁਰਮੁਖ ਪਿਆਰਿਓ ਪੈਲਸ ਵਿੱਚ ਨਾਚ ਗਾਣਾ ਉਥੇ 5-500 ਦੇ ਨੋਟ ਸਿੱਟੀ ਜਾਂਦਾ ਤੇ ਗ੍ਰੰਥੀ ਸਿੰਘ ਲਈ ਸੇਵਾਦਾਰਾਂ ਲਈ ਕਹੇ ਗਏ ਵੀ ਜ਼ਿਆਦਾ ਨੇ ਇਹ ਵੀ ਜ਼ਿਆਦਾ ਕਹਿਣਗੇ ਬੜੀ ਭੇਟਾ ਵੱਧ ਗਈ ਆ ਭੇਟਾ ਬੜੀ ਵਧਾ ਦਿੱਤੀ ਆ ਮਾੜੇ ਪਾਸੇ ਗੁਰਮੁਖ ਪਿਆਰਿਓ ਜਿੰਨਾ ਮਰਜ਼ੀ ਖਰਚ ਪਰ ਚੰਗੇ ਪਾਸੇ ਆ ਕਰੋਨਾ ਕਾਲ ਦੇ ਅੰਦਰ ਗੁਰੂ ਕੇ ਲੰਗਰ ਹੁਣ ਜਿਹੜਾ ਗੁਰਮੁਖ ਪਿਆਰਿਓ ਗੁਜ਼ਾਰਾ ਹੀ ਸਵੇਰੇ ਦਿਹਾੜੀ ਕਰਕੇ ਸ਼ਾਮ ਨੂੰ ਘਰੇ ਰੋਟੀ ਪਕਣੀ ਹੈ ਤੇ ਜਦੋਂ ਦਿਹਾੜੀ ਨਹੀਂ ਮਿਲੇ ਤੇ ਪ੍ਰਸ਼ਾਦਾ ਕਿੱਥੋਂ ਮਿਲਣਾ ਹੈ ਗੁਰੂ ਕਾ ਲੰਗਰ ਗੁਰੂ ਕੀ ਗੋਲਕ ਤੇ ਗੁਰੂ ਕੀ ਗੋਲਕ ਚ ਆਪਣ ਦਸਵੰਦ ਕੱਢਿਆ ਗੁਰੂ ਕੀ ਗੋਲਕ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗੁਰੂ ਕੀ ਗੋਲਕ ਦੀ ਸਦ ਵਰਤੋਂ ਹੋਵੇ ਧਰਮ ਪ੍ਰਚਾਰ ਪ੍ਰਸਾਰ ਹੋਵੇ ਗੁਰਮੁਖ ਪਿਆਰੀ ਨੂੰ ਇਸ ਪਾਸੇ ਖਰਚਿਆ ਜਾਵੇ ਲੰਗਰਾਂ ਦੀ ਸੇਵਾ ਹੋਰ ਪੰਥ ਦੀ ਕੌਮ ਦੀ ਸੇਵਾ ਸਮਾਜ ਭਲਾਈ ਦੇ ਕਾਰਜ ਵਿਦਿਆ ਦੇ ਖੇਤਰ ਦੇ ਅੰਦਰ ਮੈਡੀਕਲ ਦੇ ਅੰਦਰ ਇਸ ਨੂੰ ਖਰਚਿਆ ਜਾਵੇ ਭਾਵੇਂ ਕਿ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਸਰਕਾਰਾਂ ਟੈਕਸ ਲੈਂਦੀਆਂ ਨੇ ਸਰਕਾਰਾਂ ਟੈਕਸ ਲੈਂਦੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਿਹਤ ਸਹੂਲਤਾਂ ਦੇਣ ਦੀ ਵਿਦਿਅਕ ਸਹੂਲਤਾਂ ਦੇਣ ਦੀ ਪਰ ਫਿਰ ਵੀ ਸਾਡੀਆਂ ਗੁਰਮੁਖ ਪਿਆਰਿਓ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਪਾਸੇ ਧਿਆਨ ਦਿੰਦੀਆਂ ਕਿ ਸਿਹਤ ਸਹੂਲਤਾਂ ਦਿੱਤੀਆਂ ਜਾਣ ਸਿਹਤ ਸਹੂਲਤਾਂ ਤੇ ਖਰਚ ਕੀਤਾ ਜਾਵੇ ਵਿਦਿਆ ਤੇ ਖਰਚ ਕੀਤਾ ਜਾਵੇ ਪਰ ਮੈਂ ਸਮਝਦਾ ਅੱਜ ਦੇ ਸਮੇਂ 'ਚ ਇਸ ਪਾਸੇ ਵੀ ਖਰਚ ਕਰਨ ਦੇ ਨਾਲ-ਨਾਲ ਸਾਨੂੰ ਆਪਣੀ ਸਿੱਖੀ ਵਾਲੇ ਪਾਸੇ ਮੂਲ ਆਪਣੇ ਪੰਜਾਬੀ ਵਾਲੇ ਪਾਸੇ ਜਿਹਦੀ ਬਹੁਤ ਜ਼ਿਆਦਾ ਗੁਰਮੁਖ ਪਿਆਰਿਓ ਸੀ ਦੇਖ ਰਹੇ ਆ ਕਿ ਅਣਗੈਲੀ ਹੋ ਰਹੀ ਆ ਸਾਡੇ ਪਾਸੋਂ ਕਿ ਸਾਡੇ ਹੀ ਬੱਚੇ ਪੰਜਾਬੀ ਤੋਂ ਦੂਰ ਹੋ ਰਹੇ ਆ ਕੱਲ ਮੈਨੂੰ 오ਡੀਸਾ ਦੀ ਧਰਤੀ ਤੋਂ ਇੱਕ ਗੁਰਮੁਖ ਦਾ ਫੋਨ ਆ ਰਿਹਾ ਕਹਿੰਦੇ ਅਸੀਂ ਗੁਰਦੁਆਰਿਆਂ 'ਚ ਕੈਂਪ ਲਾਉਨੇ ਆ ਤੇ ਜੇ ਅਸੀਂ ਇੱਕ ਫਾਰਮ ਦਿੰਨੇ ਡਾਇਰੀ ਦਿੰਨੇ ਪੈਨ ਦਿੰਨੇ ਆ ਕਿ ਪੰਜਾਬੀ ਵਿੱਚ ਆਪਣਾ ਇਹ ਫਾਰਮ ਭਰ ਦਿਓ ਤੇ ਕਹਿੰਦੇ ਹਜ਼ਾਰ ਪਿੱਛੇ 100 ਕ ਹੁੰਦਾ ਜਿਹੜਾ ਪੰਜਾਬੀ ਵੇਖਣ ਨੂੰ ਪੰਜਾਬੀ ਐ ਸਿੱਖ ਐ ਪੰਜਾਬੋਂ ਬਾਹਰ ਜਿੰਨੀਆਂ ਸਟੇਟਾਂ ਦੇ ਅੰਦਰ ਸਿੱਖ ਬੈਠੇ ਆ ਉਹ ਪੰਜਾਬੀ ਤੋਂ ਦੂਰ ਹੋ ਰਹੇ ਆ ਸਾਡਾ ਉਦਮ ਤੇ ਉਪਰਾਲਾ ਬਣਦਾ ਆ ਆਪੋ ਆਪਣੇ ਗੁਰਦੁਆਰਿਆਂ 'ਚ ਕੈਂਪ ਲਾਈਏ ਵਿਦੇਸ਼ਾਂ 'ਚ ਮੈਂ ਦੇਖਿਆ ਪੰਜਾਬੀ ਸਕੂਲ ਪਿਛਲੇ 20 ਸਾਲਾਂ 'ਚੋਂ ਵਿਦੇਸ਼ਾਂ 'ਚ ਧਰਮ ਪ੍ਰਚਾਰ ਪ੍ਰਸਾਰ ਲਈ ਜਾਣ ਦਾ ਮੌਕਾ ਮਿਲਿਆ ਮੈਂ ਦੇਖਿਆ ਪੰਜਾਬੀ ਸਕੂਲ ਗੁਰਦੁਆਰਿਆਂ 'ਚ ਖੋਲੇ ਹੋਏ ਆ ਉਹਨਾਂ ਈਸਾਈ ਮੁਲਕਾਂ ਦੇ ਅੰਦਰ ਅੰਗਰੇਜ਼ਾਂ ਦੇ ਮੁਲਕਾਂ ਦੇ ਅੰਦਰ ਸਕੂਲਾਂ 'ਚ ਤੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਪਰ ਸਿੱਖਾਂ ਨੇ ਉਪਰਾਲਾ ਕੀਤਾ ਕਿ ਗੁਰਦੁਆਰਿਆਂ 'ਚ ਪੰਜਾਬੀ ਪੜ੍ਹਾਈ ਜਾਵੇ ਪੰਜਾਬੀ ਸਕੂਲ ਤੇ ਜੇ ਸਾਡੇ ਪੰਜਾਬੀ ਨਾ ਆਈ ਤੇ ਗੁਰਮੁਖੀ ਨਾ ਆਈ ਤੇ ਗੁਰਬਾਣੀ ਕਿਵੇਂ ਪੜ੍ਹਾਂਗੇ ਸੁੱਧ ਗੁਰਬਾਣੀ ਤਾਂ ਗੁਰਮੁਖੀ 'ਚ ਹੀ ਪੜ੍ਹੀ ਜਾਵੇਗੀ ਭਾਵੇਂ ਅਸੀਂ ਗੁਰਬਾਣੀ ਇੰਗਲਿਸ਼ 'ਚ ਲਿਖ ਲਈਏ ਫ੍ਰੈਂਚ ਚ ਲਿਖ ਲਈਏ ਡੱਚ ਵਿੱਚ ਲਿਖ ਲਈਏ ਅਸੀਂ ਹਿੰਦੀ ਵਿੱਚ ਲਿਖ ਲਈਏ ਪਰ ਗੁਰਮੁਖ ਪਿਆਰੋ ਜਿਹੜਾ ਸੁੱਧ ਜਾਪ ਹਨ ਸੁੱਧ ਪਾਠ ਜਿਹੜੀਆਂ ਲਗਾ ਮਾਤਰਾ ਇਹ ਤਾਂ ਇਸੇ ਗੁਰਮੁਖੀ ਦੇ ਅੰਦਰ ਹੀ ਰਹਿਣਗੀਆਂ ਗੁਰਮੁਖ ਪਿਆਰ ਹੋਰ ਕਿਸੇ ਭਾਸ਼ਾ ਵਿੱਚ ਹਾਂ ਅਰਥ ਸਮਝਣ ਵਾਸਤੇ ਅਸੀਂ ਹੋਰ ਭਾਸ਼ਾ ਦਾ ਵੀ ਗੁਰਮੁਖ ਪਿਆਰੋ ਵਰਤੋਂ ਕਰ ਸਕਦੇ ਹਾਂ ਪਰ ਅਸੀਂ ਜਿੱਥੇ ਨੈਸ਼ਨਲ ਭਾਸ਼ਾਵਾਂ ਨੂੰ ਪੜ੍ਹਨਾ ਇੰਟਰਨੈਸ਼ਨਲ ਭਾਸ਼ਾਵਾਂ ਨੂੰ ਪੜ੍ਹਨਾ ਇਹ ਨਹੀਂ ਹੈ ਕਿ ਅਸੀਂ ਕੇਵਲ ਪੰਜਾਬੀ ਨੂੰ ਪੜਨਾ ਲਿਖਣਾ ਬੋਲਣਾ ਨਹੀਂ ਦੂਜੀਆਂ ਭਾਸ਼ਾਵਾਂ ਦਾ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਚਾਹੇ ਉਹ ਅਜ ਗੁਰਮੁਖ ਪਿਆਰਿਓ ਇੰਟਰਨੈਸ਼ਨਲ ਭਾਸ਼ਾਵਾਂ ਨੇ ਚਾਹੇ ਉਹ ਇੰਗਲਿਸ਼ ਹੈ ਚਾਹੇ ਦੇਸ਼ ਦੇ ਅੰਦਰ ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਭਾਸ਼ਾਵਾਂ ਨੇ ਪਰ ਸਾਨੂੰ ਆਪਣੀ ਗੁਰਮੁਖ ਪਿਆਰਿਓ ਗੁਰਮੁਖੀ ਪੰਜਾਬੀ ਸਾਡੀ ਮਾਂ ਬੋਲੀ ਤੇ ਜੇ ਸਾਨੂੰ ਉਹ ਹੀ ਨਾ ਆਈ ਸਾਨੂੰ ਆਪਣੀ ਪੰਜਾਬੀ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਜੋ ਦੇ ਲਈ ਉਪਰਾਲੇ ਮੈਂ ਸਮਝਦਾ ਗੁਰੂ ਘਰਾਂ ਵੱਲੋਂ ਵੀ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਸੰਸਥਾਵਾਂ ਦੇ ਵੱਲੋਂ ਪੰਜਾਬ ਦੇ ਅੰਦਰ ਤਾਂ ਗੁਰਮੁਖ ਪਿਆਰਿਓ ਤਕਰੀਬਨ ਤਕਰੀਬਨ ਸਭ ਨੂੰ ਹੀ ਗੁਰਮੁਖ ਪਿਆਰਿਓ ਇਸ ਗੱਲ ਦਾ ਗਿਆਨ ਪੰਜਾਬੀ ਬੋਲਣੀ ਪੰਜਾਬੀ ਲਿਖਣੀ ਪੜ੍ਹਨੀ ਪਰ ਪੰਜਾਬੋਂ ਬਾਹਰ ਅਸੀਂ ਦੇਖਦੇ ਹਾਂ ਜਿੱਥੇ ਸਾਡੇ ਗੁਰਮੁਖ ਕਿਉਂਕਿ ਪੰਜਾਬੀ ਸੂਬਾ ਪੰਜਾਬ ਦੇ ਅੰਦਰ ਤਾਂ ਹੈ ਪਰ ਪੰਜਾਬੋਂ ਬਾਹਰ ਪੰਜਾਬੀ ਨੂੰ ਲਿਖਣਾ ਬੋਲਣਾ ਤੇ ਪੜ੍ਹਨਾ ਅੱਜ ਵਿਸਰਦਾ ਜਾ ਰਿਹਾ ਤੇ ਜੇ ਸਾਨੂੰ ਆਪਣੀ ਮਾਂ ਬੋਲੀ ਵਿਸਰ ਗਈ ਤਾਂ ਫਿਰ ਅਸੀਂ ਗੁਰਮੁਖੀ ਗੁਰਬਾਣੀ ਨੂੰ ਕਿਸ ਤਰ੍ਹਾਂ ਪੜ੍ਹਾਂਗੇ ਬੱਚੇ ਗੁਰਬਾਣੀ ਨਾਲ ਕਿਵੇਂ ਜੁੜਨਗੇ ਗੁਰਬਾਣੀ ਦਾ ਸ਼ੁੱਧ ਜਾਪ ਕਿਵੇਂ ਆਵੇਗਾ ਸਿਸ ਕਰਕੇ ਅਸੀਂ ਹਮੇਸ਼ਾ ਗੁਰਮੁਖ ਪਿਆਰਿਓ ਇਸ ਪਾਸੇ ਵੀ ਉਪਰਾਲਿਆਂ ਦੀ ਲੋੜ ਗੁਰੂ ਘਰਾਂ ਵੱਲੋਂ ਤੇ ਮੈਂ ਬੇਨਤੀ ਕਰਦੇ ਆਂ ਅਸੀਂ ਗੁਰੂ ਕੀ ਗੋਲਕ ਦੀ ਸਦ ਵਰਤੋਂ ਦੁਰ ਵਰਤੋਂ ਨਾ ਹੋਵੇ ਸਦ ਵਰਤੋਂ ਹੋਵੇ ਦੇ ਸਾਧੂ ਵਰਤੋਂ ਹੋਈ ਪਿਛਲੇ ਸਮੇਂ ਦੇ ਅੰਦਰ ਦੇਖੋ ਤੁਹਾਡੇ ਸਾਹਮਣੇ ਫਿਰ ਲੰਗਰ ਕਰੋੜਾਂ ਲੋਕਾਂ ਨੇ ਭੋਜਨ ਤੇ ਪ੍ਰਸ਼ਾਦਾ ਗੁਰੂ ਕੇ ਲੰਗਰਾਂ ਚੋਂ ਛਕਿਆ ਹਰ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ-ਜਿੱਥੇ ਵੀ ਗੁਰਮੁਖ ਪਿਆਰੋ ਮੈਂ ਤੇ ਵਿਦੇਸ਼ਾਂ ਅੰਦਰ ਵੀ ਦੇਖਿਆ ਭਾਵੇਂ ਕਿ ਉੱਥੇ ਬੜੀਆਂ ਸਿਹਤ ਵਿਭਾਗ ਦੇ ਵੱਲੋਂ ਸਖਤੀਆਂ ਹੁੰਦੀਆਂ ਨੇ ਪਰ ਫਿਰ ਵੀ ਗੁਰੂ ਕੇ ਲੰਗਰਾਂ ਦੇ ਅੰਦਰ ਕਿਉਂਕਿ ਉੱਥੇ ਸਿਹਤ ਵਿਭਾਗ ਬਹੁਤ ਧਿਆਨ ਦਿੰਦਾ ਹੈ ਜਿਵੇਂ ਸਾਡੇ ਭਾਰਤ ਦੇਸ਼ ਦੇ ਅੰਦਰ ਆ ਰੇੜੀਆਂ ਦੇ ਅੰਦਰ ਬਿਨਾ ਟੱਕੇ ਪਦਾਰਥ ਵਿਕਦੇ ਆ ਮਿਲਾਵਟ ਖੂਰੇ ਪਦਾਰਥ ਵਿਕਦੇ ਆ ਬਿਮਾਰੀਆਂ ਫੈਲਦੀਆਂ ਸਿਹਤ ਵਿਭਾਗ ਦਾ ਧਿਆਨ ਕੋਈ ਨਹੀਂ ਇਸ ਪਾਸੇ ਪਰ ਮੈਂ ਵਿਦੇਸ਼ਾਂ ਦੇ ਅੰਦਰ ਦੇਖਿਆ ਸਿਹਤ ਵਾਲੇ ਪਾਸੇ ਇੰਨਾ ਧਿਆਨ ਆ ਕਿ ਇੱਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨੂੰ ਵੀ ਗੁਰਮੁਖ ਪਿਆਰਿਓ ਜਿੱਥੇ ਲੰਗਰ ਬਣਦਾ ਸੀ ਰਸੋਈ ਉਹਦੀ ਤਾਲਾਬੰਦੀ ਕਰ ਦਿੱਤੀ ਕਿੰਨੇ ਮਹੀਨੇ ਉਹਦੀ ਤਾਲਾਬੰਦੀ ਰਹੀ ਸਿਹਤ ਵਿਭਾਗ ਦੇ ਵੱਲੋਂ ਇੰਗਲੈਂਡ ਦੇ ਅੰਦਰ ਗੁਰਮੁਖ ਪਿਆਰਿਓ ਗੁਰਦੁਆਰਾ ਸਾਹਿਬ ਦੀ ਰਸੋਈ ਨੂੰ ਸਿਹਤ ਵਿਭਾਗ ਨੇ ਤਾਲਾ ਲਾਇਆ ਕਿਉਂ ਆਖਿਆ ਇੱਥੋਂ ਹਜ਼ਾਰਾਂ ਲੋਕ ਭੋਜਨ ਪ੍ਰਸ਼ਾਦਾ ਛਕਦੇ ਆ ਪਰ ਤੁਹਾਡੀ ਸਫਾਈ ਨਹੀਂ ਹੈ ਸਫਾਈ ਦਾ ਮਿਆਰ ਜਿਹੜਾ ਉਹ ਸਹੀ ਨਹੀਂ ਹੈ ਇਹਦੀ ਸਾਫ ਸਫਾਈ ਫਿਰ ਮਨਜ਼ੂਰੀ ਲੈ ਕੇ ਸਾਰਾ ਕੁਝ ਤੇ ਫਿਰ ਦੁਬਾਰਾ ਰਸੋਈ ਮਹੀਨਿਆਂ ਬਾਅਦ ਖੁੱਲੀ ਗੁਰਮੁਖ ਪਿਆਰਿਓ ਕਹਿੰਦੇ ਇੱਥੋਂ ਹਜ਼ਾਰਾਂ ਲੋਕਾਂ ਨੇ ਭੋਜਨ ਪ੍ਰਸ਼ਾਦਾ ਛਕਣਾ ਤੇ ਉਹਨਾਂ ਦੀ ਸਿਹਤ ਨਾਲ ਖਲਵਾੜ ਹੋਵੇਗਾ ਖਿਆਲ ਕਰਨਾ ਗੁਰਮੁਖ ਪਿਆਰਿਓ ਫਿਰ ਵੀ ਭਾਵੇਂ ਉਥੇ ਸਿਹਤ ਵਿਭਾਗ ਦੀਆਂ ਬੜੀਆਂ ਸ਼ਕਤੀਆਂ ਪਰ ਫਿਰ ਵੀ ਉੱਚੇ ਵੀ ਗੁਰੂ ਕੇ ਲੰਗਰਾਂ ਦੀ ਸੇਵਾ ਕਰੋਨਾ ਕਾਲ ਦੇ ਅੰਦਰ ਭਾਰਤ ਦੇਸ਼ ਦੇ ਅੰਦਰ ਕਿੰਨੀ ਗੁਰਮੁਖ ਪਿਆਰਿਓ ਸੇਵਾ ਸਦ ਵਰ ਤੋਂ ਮੈਂ ਬੇਨਤੀ ਕਰ ਰਿਹਾ ਸੀ ਪਰ ਇਸ ਪਾਸੇ ਸਾਡਾ ਧਿਆਨ ਇਧਰ ਦਸਵੰਦ ਕੱਢਣ ਪਰ ਕਮੀ ਕਿਸੇ ਗੱਲ ਦੀ ਨਹੀਂ ਸਤਿਗੁਰ ਦੇ ਦਰ ਤੇ ਕੁਰਬਾਨੀ ਕਰਨ ਵਾਲੇ ਪਰੇ ਤੋਂ ਪਰੇ ਸਿਮਰਨ ਕਰਨ ਵਾਲੇ ਪਰੇ ਤੋਂ ਪਰੇ ਸੇਵਾ ਕਰਨ ਵਾਲੇ ਵੀ ਪਰੇ ਤੋਂ ਪਰੇ ਐ ਹਰੇਕ ਦੀ ਗੱਲ ਨਹੀਂ ਗੁਰਮੁਖ ਪਿਆਰਿਓ ਹਰੇਕ ਕੁਰਬਾਨੀ ਨਹੀਂ ਕਰ ਸਕਦਾ ਕੁਰਬਾਨੀ ਵੀ ਵਿਰਲਿਆਂ ਦੇ ਹੀ ਸਿਉਂਦੀ ਪਰ ਪਰੇ ਤੋਂ ਪਰੇ ਜਿਵੇਂ ਰਾਜਿਆਂ ਦੇ ਘਰ ਮੋਤੀਆਂ ਦਾ ਕਾਲ ਨਹੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਕੁਰਬਾਨੀ ਕਰਨ ਵਾਲੇ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਨਾਮ ਜਪਣ ਵਾਲਿਆਂ ਦਾ ਕਾਲ ਨਹੀਂ ਇੱਥੇ ਪਰੇ ਤੋਂ ਪਰੇ ਸਾਧੂ ਪਰੇ ਤੋਂ ਪਰੇ ਦਾਨੀ ਪਰੇ ਤੋਂ ਪਰੇ ਕੁਰਬਾਨੀਆਂ ਕਰਨ ਵਾਲੇ ਜਨਾਬੇ ਦੀ ਪਰਵਾਹ ਨਹੀਂ ਕੀਤੀ ਤੇ ਜਿਸ ਸਥਾਨ ਤੇ ਬੈਠੇ ਆ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਨੇ ਸੀਸ ਦਾ ਬਲੀਦਾਨ ਪਰ ਸਤਿਗੁਰ ਦੇ ਪਿਆਰੇ ਸਿੱਖਾਂ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀਆਂ ਕੁਰਬਾਨੀਆਂ ਆਰੇ ਨਾ ਤਨ ਚਰਵਾਉਣਾ ਕਹਿ ਦੇਣਾ ਸੌਖਾ ਸੁਣ ਲੈਣਾ ਸੌਖਾ ਪਰ ਤਨ ਚਰਵਾਉਣਾ ਬੰਦ-ਬੰਦ ਕਟਾਉਣਾ ਕਹਿ ਦੇਣਾ ਸੌਖਾ ਪਰ ਕਟਵਾ ਲੈਣਾ ਭਾਈ ਮਨੀ ਸਿੰਘ ਖੋਪੜਾ ਲਵਾ ਲੈਣਾ ਕਹਿ ਦੇਣਾ ਸਾਖੀ ਸੁਣਾ ਦੇਣੀ ਤੇ ਸੁਣ ਲੈਣੀ ਸੌਖੀ ਐ ਪਰ ਖੋਪੜਾ ਲਵਾ ਦੇਣਾ ਤੇ ਸਿੱਖੀ ਸਿਦਕ ਤੇ ਰਹਿਣਾ ਸੱਤ ਸਾਲ ਨੌ ਸਾਲ ਦੀਆਂ ਜਿੰਦਾ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਸਰਹੰਦ ਦਾ ਸਾਕਾ ਕੁਝ ਦਿਨ ਪਹਿਲਾਂ ਹੀ ਗੁਰਮੁਖ ਪਿਆਰਿਓ ਇਤਿਹਾਸਕ ਦਿਹਾੜਾ ਲੰਘਿਆ ਕਹਿ ਦੇਣਾ ਸੌਖਾ ਨੀਹਾਂ ਚ ਚਿਣ ਜਾਣਾ ਤੇ ਨੀਹਾਂ ਚ ਚਿਣੇ ਜਾਂਦਿਆਂ ਵੀ ਧਰਮ ਤੇ ਆਂਚ ਨਹੀਂ ਰਸਨਾ ਤੇ ਬੋਲ ਹੋਣੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਸਿਰ ਜਾਵੇ ਤਾਂ ਜਾਵੇ ਸਾਡਾ ਸਿਰ ਜਾਵੇ ਤਾਂ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿਰ ਜਾਵੇ ਤਾਂ ਜਾਵੇ ਸਿਰ ਜਾਵੇ ਤਾਂ ਸਿਰ ਜਾਵੇ ਤਾ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾ ਵਾ ਵਾ ਦੇਖੋ ਸਰਹੰਦ ਦੀਆਂ ਨੀਹਾਂ ਵਿੱਚ ਖੜੇ ਵੀ ਗੁਰਮੁਖ ਪਿਆਰਿਓ ਕਹਿੰਦੇ ਐ ਸਿਰ ਜਾਂਦਾ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਗੁਰੂ ਦਾ ਪਿਆਰ ਗੁਰੂ ਦੀ ਬਖਸ਼ਿਸ਼ ਸਿੱਖੀ ਦਾ ਪਿਆਰ ਤੇ ਜਿਸ ਸਥਾਨ ਤੇ ਬੈਠੇ ਇਹੀ ਆਖਿਆ ਸੀਗਾ ਧਰਮ ਤਬਦੀਲ ਕਰ ਲਵੋ ਆਖਿਆ ਸਿਰ ਕਟਵਾਉਣਾ ਮਨਜ਼ੂਰ ਹੈ ਪਰ ਧਰਮ ਕਨਵਰਟ ਕਰਨਾ ਜ਼ਬਰਦਸਤੀ ਜ਼ਬਰ ਜ਼ੁਲਮ ਅਗੇ ਗੋਡੇ ਟੇਕਣੇ ਇਹ ਮਨਜ਼ੂਰ ਨਹੀਂ ਹੈ ਗੁਰੂ ਦੀ ਸਿੱਖੀ ਗੁਰੂ ਦਾ ਸਿਧਾਂਤ ਦੇ ਗੁਰੂ ਦਾ ਪਿਆਰ ਗੁਰਮੁਖ ਪਿਆਰਿਓ ਪਰ ਗੁਰੂ ਨਾਨਕ ਦੇ ਘਰ ਵਿੱਚ ਮੈਂ ਬੇਨਤੀ ਕਰ ਰਿਹਾ ਨਾ ਸੇਵਾ ਕਰਨ ਵਾਲਿਆਂ ਦਾ ਕਾਲ ਨਾ ਸਿਮਰਨ ਵਾਲਿਆਂ ਦਾ ਤੇ ਨਾ ਕੁਰਬਾਨੀ ਕਰਨ ਵਾਲਿਆਂ ਦਾ ਇਤਿਹਾਸ ਦੇਖੋ ਐਡਾ ਮਹਾਨ ਗੌਰਵਮਈ ਇਤਿਹਾਸ ਆ ਉਸ ਨਾਲ ਜੁੜਨ ਦੀ ਲੋੜ ਆ ਸਾਬਤ ਸੂਰਤ ਹੋਈਏ ਨਸ਼ਿਆਂ ਤੋਂ ਰਹਿ ਖੰਡੇ ਬਾਟੇ ਦਾ ਅਮਰ ਸ਼ਾਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਣਾ ਆਪਣੇ ਧਰਮ 'ਚ ਪਰਪੱਕ ਹੋਣਾ ਦੂਜੇ ਧਰਮਾਂ ਦਾ ਸਤਕਾਰ ਕਰਨਾ ਕੋਈ ਧਰਮ ਮਾਲਾ ਨਹੀਂ ਹੈ ਹਰੇਕ ਨੂੰ ਆਪਣਾ ਧਰਮ ਮੁਬਾਰਕ ਨਾ ਹਿੰਦੂ ਹੈ ਬੁਰਾ ਨਾ ਮੁਸਲਮਾਨ ਹੈ ਬੁਰਾ ਬੁਰਾਈ ਹੈ ਜਨ ਕੇ ਦਿਲ ਮੇ ਉਹ ਇਨਸਾਨ ਹੈ ਬੁਰਾ ਭਾਵੇਂ ਕਿਸੇ ਧਰਮ ਵਿੱਚ ਕਿਸੇ ਖਿੱਤੇ ਵਿੱਚ ਪੈਦਾ ਹੋਵੇ ਜੇ ਅੰਦਰ ਬੁਰਾਈ ਹੈ ਤੇ ਤਾਂ ਬੁਰਾ ਹੈ ਕੋਈ ਧਰਮ ਕਰਕੇ ਨਹੀਂ ਕੋਈ ਗੁਰਮੁਖ ਪਿਆਰੂ ਕਿਸੇ ਖਿੱਤੇ 'ਚ ਜਨਮਿਆ ਕਰਕੇ ਨਹੀਂ ਜਿਹਦੇ ਅੰਦਰ ਬੁਰਾਈ ਹੈ ਉਹ ਬੁਰਾ ਤੇ ਜਿਹਦੇ ਅੰਦਰ ਚੰਗਿਆਈ ਹੈ ਉਹ ਚੰਗਾ ਗੁਰੂ ਨਾਲ ਜੁੜਿਆ ਇਸ ਕਰਕੇ ਆਓ ਆਪਣੇ ਧਰਮ ਚ ਪਰਪੱਕ ਦੂਜੇ ਧਰਮਾਂ ਦਾ ਸਤਕਾਰ ਤੇ ਸਤਗੁਰ ਦੀ ਬਾਣੀ ਦੇ ਨਾਲ ਸਤਗੁਰ ਦੀ ਸਿਫਤ ਸਲਾਹ ਦੇ ਨਾਲ ਉਸ ਵਹਿਗੁਰੂ ਵੱਡੇ ਕੀ ਵਡਿਆਈ ਦੇ ਨਾਲ ਜੁੜਨਾ ਸਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਭਗਤੀ ਦੇ ਨਾਲ ਸਿਮਰਨ ਦੇ ਨਾਲ ਜੁੜ ਕੇ ਤੇ ਜੁੜਦੇ ਕੌਣ ਆ ਵੱਡੇ ਭਾਗਾ ਵਾਲੇ ਸੋ ਮਿਲਿਆ ਜੋ ਵੱਡ ਭਾਗੋ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਪਿਆਰ ਗੁਰੂ ਦੀ ਬਾਣੀ ਨਾਲ ਪ੍ਰਮਾਤਮਾ ਕੌਣ ਮਿਲਦਾ ਜੋ ਵੱਡੇ ਭਾਗਾ ਵਾਲਾ ਵੱਡੇ ਭਾਗ ਜਿਹੜੇ ਜੋੜਦੇ ਆ ਇਥੇ ਲੈ ਕੇ ਆਉਂਦੇ ਨਾਮ ਜਿ ਪਾਉਂਦੇ ਆ ਤੇ ਇਹਦੇ ਨਾਲ ਹੋਰ ਵੱਡੇ ਭਾਗ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰ ਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਵੰਸ ਹੈ ਜਿਨ ਹਰ ਨਾਮ ਰਿਧੈ ਪ੍ਰੋਈ ਉਹਨਾਂ ਦੇ ਚਰਨਾਂ ਦੀ ਧੂੜੀ ਤਾਂ ਗੁਰਮੁਖ ਪਿਆਰਿਓ ਸਤਗੁਰ ਕਹਿੰਦੇ ਮੈਂ ਵੀ ਲੋਚਦਾ ਕਿ ਉਹਨਾਂ ਦੇ ਚਰਨਾਂ ਦੀ ਧੂੜੀ ਮੈਨੂੰ ਵੀ ਮਿਲ ਜਾਵੇ ਤੈਨ ਕੀ ਧੂਰ ਨਾਨਕ ਦਾਸ ਬੰਸੈ ਨਾਨਕ ਦਾਸ ਮੈਂ ਸੇਵਾਦਾਰ ਸੇਵਕ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ ਮਿਲ ਜਾਵੇ ਸੋ ਵੱਡੇ ਭਾਗਾਂ ਵਾਲੇ ਜਿਹੜੇ ਗੁਰਮੁਖ ਪਿਆਰਿਓ ਜੁੜਦੇ ਤੇ ਜੁੜਨਾ ਭਗਤ ਕਬੀਰ ਜੀ ਅਗੇ ਬਚਨ ਕਰਦੇ ਆ ਰਹਾਉ ਵਿਸ਼ਰਾਮ ਦੇ ਕੇ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਬਿੰਦਰਾ ਬਨ ਦੇ ਅੰਦਰ ਮਨ ਹਰਨ ਮਨ ਨੂੰ ਹਰਨ ਵਾਲੇ ਮਨੋਹਰ ਸੁੰਦਰ ਕ੍ਰਿਸ਼ਨ ਚਰਾਵਤ ਗਾਉਰੇ ਭਗਤ ਕਬੀਰ ਜੀ ਬਚਨ ਕਰ ਰਹੇ ਆ ਕਹਿੰਦੇ ਭਾਈ ਜਾ ਕਾ ਠਾਕੁਰ ਤੂੰ ਹੀ ਸਰੰਗ ਧਰ ਮੋਹਿ ਕਬੀਰਾ ਨਾਉ ਰੇ ਆਖਿਆ ਏ ਠਾਕੁਰ ਏ ਮਾਲਕ ਜਾ ਕਾ ਠਾਕੁਰ ਗੋਪੀ ਗਵਾਲਨ ਨੇ ਪਿਆਰ ਕੀਤਾ ਰਾਧ ਕਾ ਆਖਿਆ ਉਹਨਾਂ ਦਾ ਠਾਕੁਰ ਉਹਨਾਂ ਦਾ ਮਾਲਕ ਮੇਰਾ ਨਾਮ ਵੀ ਕਬੀਰ ਹੈ ਮੈਨੂੰ ਵੀ ਧਾਰ ਦਿਓ ਮੈਨੂੰ ਵੀ ਚਰਨਾਂ ਨਾਲ ਜੋੜ ਲਓ ਕਬੀਰ ਸਾਹਿਬ ਦੇ ਬਚਨ ਗੁਰਮੁਖ ਪਿਆਰਿਓ ਏ ਸਾਰੰਗ ਧਾਰ ਏ ਤੁਨਖ ਧਾਰੀ ਸ਼ਸਤਰ ਧਾਰੀ ਦੇਖੋ ਸ਼ਸਤਰ ਧਾਰੀ ਭਗਵਾਨ ਕ੍ਰਿਸ਼ਨ ਉਹ ਵੀ ਸ਼ਸਤਰ ਧਾਰੀ ਨੇ ਭਗਵਾਨ ਰਾਮ ਉਹ ਵੀ ਸ਼ਸਤਰ ਧਾਰੀ ਨੇ ਤੇ ਸਤਿਗੁਰਾਂ ਵੀ ਸਾਨੂੰ ਸ਼ਸਤਰ ਧਾਰੀ ਬਣਾਇਆ ਬਿਨਾ ਸ਼ਸਤਰ ਕੇ ਸੰਗ ਨਰਗ ਭੇਡ ਜਾਨੋ ਗਹੇ ਕਾਨ ਤਾਕੂ ਕਿਤੇ ਲੈ ਸਧਾਨੋ ਇਹ ਮੋਰਾ ਗਿਆ ਸੁਨੋ ਏ ਪਿਆਰੇ ਬਿਨਾ ਸ਼ਸਤਰ ਕੇ ਸੰਗ ਨਾ ਦੇਹੋ ਦਿਦਾਰੇ ਸ਼ਸਤਰਾਂ ਦਾ ਸਨਮਾਨ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰੇ ਅਰ ਤੀਰ ਸਹਿਬ ਸਰੋਹੀ ਸਹਿਤੀ ਜਹੇ ਹਮਾਰੇ ਪੀਰ ਸ਼ਸਤਰਧਾਰੀ ਬਣਾਇਆ ਕਲਗੀਧਰ ਦੇ ਪੁੱਤਰੋ ਧੀਓ ਸ਼ਸਤਰਧਾਰੀ ਬਣ ਕੇ ਜਿਓ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਬਣ ਕੇ ਜਿਓ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਨ ਦੇਖੋ ਭਗਵਾਨ ਰਾਮ ਵੀ ਉਹਨਾਂ ਕੋਲ ਵੀ ਤੀਰ ਕਮਾਨ ਸ਼ਸਤਰ ਨੇ ਭਗਵਾਨ ਕ੍ਰਿਸ਼ਨ ਉਹਨਾਂ ਕੋਲ ਵੀ ਸ਼ਸਤਰ ਨੇ ਉਹਨਾਂ ਦਾ ਸਰੂਪ ਦਾ ਜ਼ਿਕਰ ਵੀ ਤੇ ਦਸਵੇਂ ਪਾਤਸ਼ਾਹ ਵੀ ਜੀ ਆਪਣੀ ਬਾਣੀ ਵਿੱਚ ਭਗਵਾਨ ਦਾ ਚਿਤ੍ਰਣ ਕਰਦੇ ਖੜਗ ਕੀਤ ਮੈਂ ਸਰਨ ਤੇ ਹਾਰੀ ਖੜਗਕੇਤ ਖੜਗ ਨਾਮ ਤਲਵਾਰ ਦਾ हे ਤਲਵਾਰ ਧਾਰੀ हे ਕਿਰਪਾਨ ਧਾਰੀ ਪਰਮਾਤਮਾ ਖੜਗਕੇਤ ਮੈਂ ਸ਼ਰਨ ਤੇ ਹੈ ਇਹ ਖੜਗਕੇਤ ਸ਼ਸਤਰ ਧਾਰੀ ਤੇ ਸ਼ਸਤਰਾਂ ਨੂੰ ਪ੍ਰਣਾਮ ਵੀ ਖਲਖੰਡ ਬਿਹੰਡੰ ਖਲਦਲ ਖੰਡੰ ਆਤਰਣ ਮੰਡੰ ਵਰਪੰਡੰ ਪੁਜਦਾਂਡੇ ਖੰਡੰ ਤੇਜ ਪਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲ ਵਿਖਾਰਨੰ ਅਸ ਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗੰ ਜੈ ਤੇਗੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰ ਇਸ ਕਰਕੇ ਆਓ ਗੁਰਮੁਖ ਪਿਆਰਿਓ ਭਗਵਾਨ ਦੇ ਚਰਨਾਂ ਨਾਲ ਜੁੜਨਾ ਪਰਮਾਤਮਾ ਨਾਲ ਜੁੜਨਾ ਸਿਮਰਨ ਨਾਲ ਜੁੜਨਾ ਗੁਰੂ ਦੇ ਦਿੱਤੇ ਅਸੂਲਾਂ ਨਾਲ ਜੁੜਨਾ ਇਦੇ ਨਾਲ ਜੀਵਨ ਦੀ ਸਫਲਤਾ ਜੋ ਸਾਨੂੰ ਸਤਿਗੁਰ ਨੇ ਊਲ ਤੇ ਸਿਧਾਂਤ ਬਖਸ਼ੇ ਉਹਨਾਂ ਨਾਲ ਜੁੜਨਾ ਪ੍ਰਮਾਤਮਾ ਦੇ ਨਾਮ ਨਾਲ ਸਾਰੇ ਗੁਰੂ ਦਾ ਦਰਬਾਰ ਗੁਰੂ ਦੀ ਬਾਣੀ ਸਵੇਰ ਤੋਂ ਸ਼ਾਮ ਤੱਕ ਤੇ ਕੋਈ ਸੰਤ ਭਗਤ ਗੁਰਸਿੱਖ ਹਮੇਸ਼ਾ ਸਾਨੂੰ ਪ੍ਰਮਾਤਮਾ ਦੇ ਨਾਮ ਨਾਲ ਹੀ ਜੋੜਦੇ ਆ ਪ੍ਰਮਾਤ ਦੇ ਪ੍ਰਮਾਤਮਾ ਦੇ ਨਾਮ ਦੇ ਹੀ ਸਹਾਰੇ ਸਾਰਾ ਕੁਝ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਇਸ ਕਰਕੇ ਆਓ ਪ੍ਰਮਾਤਮਾ ਦੇ ਨਾਮ ਨਾਲ ਜੁੜੀਏ ਵਾਹਿਗੁਰੂ ਦੀ ਬੰਦਗੀ ਦੇ ਨਾਲ ਜੁੜੀਏ ਸੇਵਤ ਸਲਾ ਹੀ ਮਨੁੱਖਾ ਜਨਮ ਦੇ ਅੱਛੇ ਕਰਮ ਆਬ ਕਲੂ ਆਇਓ ਰੇ ਇੱਕ ਨਾਮ ਬੋ 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 ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਤੇ ਪ੍ਰਮਾਤਮਾ ਦੇ ਨਾਮ ਬਿਨਾ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰ ਤੋਂ ਕੋਟ ਕਰਮ ਕਰ ਤੂੰ ਨਰਕ ਜਾ ਇਸ ਕਰਕੇ ਆਓ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਥੋੜੀਆਂ ਬੇਨਤੀਆਂ ਬਹੁਤੀਆਂ ਕਰਕੇ ਜਾਣਿਓ ਸਮਾਂ ਇਜਾਜ਼ਤ ਨਹੀਂ ਦਿੰਦਾ ਵਿਚਾਰ ਨੂੰ ਅੱਗੇ ਵਿਧਾਇਆ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਰਲ ਕੇ ਸ਼ੁਕਰਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਦੀ ਰਹਿਮਤ ਤੇ ਬਖਸ਼ਿਸ਼ ਦੇ ਸਦਕਾ ਤੁਹਾਡੇ ਚਰਨਾਂ 'ਚ ਹਾਜ਼ਰੀ ਭਰੀ ਹੈ ਨਦੀ 나ਬ ਸੰਜੋਗੀ ਮੇਲੇ ਫਿਰ ਜਦੋਂ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ ਧੰਨਵਾਦ ਸਮੂਹ ਸੰਗਤਾਂ ਦਾ ਸਤਿਕਾਰਯੋਗ ਸਿੰਘ ਸਾਹਿਬ ਜੀ ਔਰ ਸਤਿਕਾਰਯੋਗ ਸਮੂਹ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਜਿਨ੍ਹਾਂ ਦੇ ਹੁਕਮ ਸਦਕਾ ਉਪਰਾਲੇ ਸਦਕਾ ਆਪ ਜੀ ਦੇ ਦਰਸ਼ਨ ਦਿਦਾਰੇ ਹੋਏ ਆਓ ਗੁਰਮੁਖ ਪਿਆਰਿਓ ਗੁਰੂ ਦੀ ਬਾਣੀ ਗੁਰੂ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਲਈਏ ਝਕਾਓ ਸੀ ਸਤਿਗੁਰਾਂ ਨੂੰ ਤੇ ਗੱਜ ਕੇ ਫਤਿਹ ਬੁਲਾਓ ਆਖੋ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ